ਹਰ ਕੋਈ ਚਾਹੁੰਦਾ ਕਿ ਕੋਈ ਮੇਰੇ ਘਰੇ ਆਵੇ ਤਾਂ ਕੰਧ ਨੂੰ ਹੱਥ ਲਾ ਕੇ ਕਹਿ ਕੇ ਬਾਈ ਤੈਂ ਆਹ ਚੀਜ਼ ਬੜੀ ਸੋਹਣੀ ਲਵਾਈ ਹੈ, ਕਿਹਦੋਂ ਲਵਾਈ ਹੈ? ਗੱਲ ਦਾ ਨਿਚੋੜ ਇਹ ਕਵਾਂਗਾ ਜੀ, ਇੰਟੀਰੀਅਰ ਐਕਸਟੀਰੀਅਰ ਤਾਂ ਐਂ ਸਮਝੋ ਤੁਸੀਂ ਦੇਸ਼ ਦੀ ਅੰਤਿਮ ਜਗ੍ਹਾ 'ਤੇ ਹੋ ਜੀ। ਇਹ ਆ ਮੇਰਾ ਜ਼ਬਰਦਸਤ ਪ੍ਰੋਡਕਟ ਹੈ, ਜੇ ਇਹਨੂੰ ਲਗਾਓਗੇ ਨਾ ਤੁਹਾਨੂੰ ਐਂ ਲੱਗੂਗਾ ਜਿਵੇਂ ਚੱਟਾਨ ਦੀਆਂ ਦੀਵਾਰਾਂ ਬਣੀਆਂ ਜੀ। ਅੱਛਾ, ਆਹ ਚੀਜ਼ ਨੂੰ, ਆਹ ਚੀਜ਼ ਨੂੰ ਇਹਨੂੰ ਕੰਧ 'ਤੇ ਲਾਓਗੇ ਤੁਹਾਨੂੰ ਚੱਟਾਨ ਦਾ ਵਿਊ ਆਊਗਾ ਜਿਵੇਂ ਚੱਟਾਨ ਦੀਆਂ ਦੀਵਾਰਾਂ ਬਣੀਆਂ, ਚੱਟਾਨ ਵਰਗਾ ਇੱਦਾਂ ਲੁੱਕ ਆਉਣ ਵਾਲਾ ਜੀ। ਭਾਰਾ ਵੀ ਹੈਗਾ ਹਾਲੇ ਖਾਸਾ ਇਹ, ਇੰਟੀਰੀਅਰ ਐਕਸਟੀਰੀਅਰ ਜਿੱਥੇ ਮਰਜ਼ੀ ਲਾਓ ਜੀ, ਜ਼ਬਰਦਸਤ ਵਿਊ ਆਊਗਾ ਜੀ ਇਸਦਾ। ਇਹ ਕਿਹੜੀ ਚੀਜ਼ ਦਾ ਬਣਿਆ ਹੈ ਜੀ? ਆਪਾਂ ਫੋਰਨ ਦੇ ਕੈਮੀਕਲਸ ਦਾ ਹੀ ਮਟੀਰੀਅਲ ਹੈ ਜੀ, ਉੱਧਰ ਦੇ ਕੈਮੀਕਲ ਦਾ ਮਟੀਰੀਅਲ ਹੈ। ਇਹਨੂੰ ਦੀਵਾਰਾਂ 'ਤੇ ਲਗਾ ਦਿਓ, ਇੰਟੀਰੀਅਰ ਐਕਸਟੀਰੀਅਰ ਤੁਹਾਨੂੰ ਚੱਟਾਨ ਦੀਆਂ ਦੀਵਾਰਾਂ ਲੱਗੀਆਂ, ਜਿਵੇਂ ਮੈਂ ਆਹ ਦੇਖੋ ਤੁਹਾਨੂੰ ਫੋਟੋ ਦਿਖਾ ਰਿਹਾ, ਇੱਦਾਂ ਲੱਗਣ ਤੋਂ ਬਾਅਦ ਕੀ ਵੀ ਹੋਊਗਾ, ਇੱਦਾਂ ਦੀ ਲੱਗਣ ਲੱਗ ਦੀ ਲੱਗੂਗਾ ਜਿਵੇਂ ਚੱਟਾਨ ਦੀ ਦੀਵਾਰਾਂ ਬਣੀਆਂ ਜੀ। ਦੋ ਤਰ੍ਹਾਂ ਦੇ ਡਿਜ਼ਾਈਨ ਹੈਗੇ ਨੇ ਇਹਦੇ ਵਿੱਚ, ਆਹ ਵਾਲਾ ਡਿਜ਼ਾਈਨ ਹੋ ਗਿਆ ਤੇ ਆਹ ਰੰਗ, ਇਹ ਰੰਗ ਅਲੱਗ ਅਲੱਗ ਨੇ। ਇਹ ਤਾਂ ਐਂ ਲੱਗਦਾ ਜਿਵੇਂ ਟਾਇਲ ਹੁੰਦੀ ਹੈ, ਟਾਇਲ ਹੈ ਜੀ, ਪੱਥਰ ਦਾ ਲੁੱਕ ਦੇਵੇਗਾ ਜੀ ਤੁਹਾਨੂੰ, ਜਿਵੇਂ ਪੱਥਰ ਲਗਾਤੀ ਹੋਵੇ ਜੀ, ਪੱਥਰ ਲਗਾਤੇ ਪਊਗਾ ਰੇਟ ਦੇ ਵਾਈਜ਼, ਬਿਲਕੁਲ ਫ੍ਰੀ ਆਫ ਕੋਸਟ ਵਰਗਾ। ਪਾਣੀ ਪਈ ਜਾਵੇ, ਪਾਣੀ ਦੀ ਪਾਈਪ ਨਾਲ ਧੋ ਲਓ ਜੀ, ਤਾਂ ਵੀ ਕੋਈ ਦਿੱਕਤ ਨਹੀਂ। 650 ਰੁਪਏ ਦਾ ਪੀਸ ਹੈ ਤੇ ਮਾਤਰ ਹੈਗਾ ਜੀ ਇਹ 650 ਦਾ ਪੀਸ। ਇਹਦਾ ਇਕੱਲਾ ਰੇਟ ਹੀ ਨਾ ਸਮਝੋ ਵੀ 650 ਰੁਪਏ, ਇੱਕ ਸ਼ੀਟ ਨੂੰ ਲਗਾਉਣ ਤੇ ਦੋ ਗਲਿਊ ਦੀਆਂ ਬੋਤਲਾਂ ਲੱਗਦੀਆਂ ਜੀ, 500 ਰੁਪਏ ਦਾ ਗਲਿਊ। ਇਹਦਾ ਪੇਪਰ ਉਤਾਰ ਕੇ ਪੇਸਟ ਕਰਤਾ, ਗਲਿਊ ਦੇ ਪੈਸੇ ਵੀ ਬਚ ਗਏ ਜੀ, 500 ਰੁਪਏ ਦਾ ਗਲੂ ਬਚ ਗਿਆ ਜੀ। ਇੱਕ ਸ਼ੀਟ ਨੂੰ ਲਗਾਉਣ ਦੀ ਉਹ 500 ਤੋਂ 700 ਲੇਬਰ ਲੱਗਦੀ ਹੈ, ਇਹਦੇ ਪਿੱਛੋਂ ਪੇਪਰ ਉਤਾਰ ਕੇ ਪੇਸਟ ਕਰ ਦਿਓ ਕੰਮ ਦੀਵਾਰ 'ਤੇ, ਮਿੰਟਾਂ 'ਚ ਤੁਹਾਡੀ ਦੀਵਾਰ ਤਿਆਰ। ਅਤੇ ਕੋਈ 100-200 50 ਰੁਪਏ ਜਾਂ 100 ਰੁਪਇਆ ਜਿਹਦੀ ਇੰਸਟਾਲਿੰਗ ਦੇ ਦਿਓ, ਇਨਫ ਹੈ ਜੀ ਇਸ ਵਾਸਤੇ। ਯਾਨੀ ਕਿ ਮੋਟਾ ਮੋਟੀ ਸਮਝੋ ਲੇਬਰ ਦੇ ਪੈਸੇ ਵੀ ਬਚ ਗਏ, ਗਲਿਊ ਦੇ ਵੀ ਪੈਸੇ ਬਚ ਗਏ, ਅਤੇ ਇੱਕ ਤਰ੍ਹਾਂ ਦੀ ਇਹ ਪੈ ਗਈ ਫ੍ਰੀ। ਮੇਰੇ ਵਾਲਾ ਗਲਿਊ ਲਗਾ ਕੇ ਇਹਨੂੰ ਸ਼ੀਟ ਦੀ ਇਹਨੂੰ ਬੈਕ ਸਾਈਡ 'ਤੇ ਗਲਿਊ ਲਗਾਓ ਅਤੇ ਸਿੱਧਾ ਦੀਵਾਰ 'ਤੇ ਪੇਸਟ ਕਰ ਦਿਓ। ਮੇਰੇ ਵਾਲਾ ਜਿਹੜਾ ਗਲਿਊ ਹੈ ਉਸਦੀ ਇੰਨੀ ਤਾਕਤ ਹੋਊਗੀ, ਜਿਹੜਾ ਅਸੀਂ USA ਤੋਂ, ਉਹਦੇ ਉੱਪਰ ਲਿਖਿਆ ਵੀ ਰਹੇਗਾ ਮੇਡ ਇਨ USA ਦਾ ਗਲਿਊ ਹੈ। ਇਹਦੀ ਬੈਕ ਸਾਈਡ 'ਤੇ ਲਗਾ ਦਿਓ, ਫਿਰ ਚਾਹੇ 4 ਬੰਦੇ ਵੀ ਲਟਕ ਜਾਣ ਨਾ ਜੀ, ਫਿਰ ਵੀ ਇਹ ਮੇਰੀ ਮੋਲਡਿੰਗ ਉਤਰੇਗੀ ਜੀ। ਇਸ ਪੀਸ 'ਤੇ ਉਹਨੂੰ ਗਲਿਊ ਲਗਾ ਕੇ ਚਿਪਕਾਇਆ ਤਾਂ ਆਹ ਦੇਖੋ, ਹੁਣ 4 ਬੰਦੇ ਲਟਕੇ ਜਾਣ ਤਾਂ ਨਾ ਨਿਕਲੇ ਜੀ, ਉੱਪਰ ਲਟਕ ਲਟਕ ਕੇ ਦਿਖਾ ਰਹੇ ਹੈ ਜੀ, ਇਹ ਮੇਰੀ ਉਹ ਇੰਨੀ ਸਟਰੋਂਗ ਗਲਿਊ ਹੈ। ਸਾਰੀ ਬੁੱਕ ਦਾ ਰੇਟ ਇੱਕੋ ਹੀ ਹੈ ਜੀ, ਕੋਈ ਵੀ ਵਾਲਪੇਪਰ ਲਓ ਤੇ ਮੇਰੇ ਕੋਲ ਹਰ ਰੂਮ ਦੇ, ਹਰ ਫਰਨੀਚਰ ਦੀ, ਹਰ ਥੀਮ ਦੇ ਹਿਸਾਬ ਨਾਲ ਵਾਲਪੇਪਰ ਮਿਲੇਗਾ। ਜਿਹੋ ਜਿਹਾ ਤੁਹਾਡਾ ਫਰਨੀਚਰ ਹੈ, ਟਾਈਲਾਂ ਦਾ ਕਲਰ ਹੈ, ਆਪਣੇ ਫਰਨੀਚਰ ਦੇ ਹਿਸਾਬ ਨਾਲ, ਕਟਨ ਦੇ ਹਿਸਾਬ ਨਾਲ ਜਿਹੜਾ ਮਰਜ਼ੀ ਕਲਰ ਲੈ ਸਕਦੇ ਹੋ। ਮੇਰੇ ਮਿੱਤਰ ਨੇ ਅਗਰ ਕੋਈ ਵਾਲਪੇਪਰ ਲਗਾ ਕੇ ਉਹਨੂੰ ਅਗਰ ਹੋਰ ਬਹੁਤ ਖੂਬਸੂਰਤ ਬਣਾਉਣਾ ਹੈ, ਜਾਂ ਵਾਲਪੇਪਰ ਲਗਾਏ, ਜਾਂ ਮਾਰਬਲ ਸ਼ੀਟ ਲਗਾਈ, ਜਾਂ 3D ਸੈਲਫ ਅਡੈਸਿਵ ਸ਼ੀਟ ਲਗਾਈ, ਕੁਝ ਵੀ ਲਗਾਇਆ, ਅਗਰ ਉਹਨੂੰ ਲੱਗ ਰਿਹਾ ਮੈਨੂੰ ਘੱਟ ਸੁੰਦਰ ਲੱਗ ਰਿਹਾ, ਉਹਦੇ ਨਾਲ ਸਾਡੀਆਂ ਮੋਲਡਿੰਗਸ ਲਗਾ ਦਿਓ ਜੀ, ਲਾਤਵੀਆ ਕੰਟਰੀ ਦੀਆਂ। ਉਹ ਘਰ ਨੂੰ ਇਹ ਬਣਾ ਦੂਗਾ ਜਿਵੇਂ ਰਜਵਾੜਿਆਂ ਦਾ ਘਰ ਬਣਿਆ, ਰਾਜਾਵਾਂ ਦਾ ਘਰ ਬਣਿਆ ਨਾ, ਉਹ ਜੀ ਲੁੱਕ ਦੇ ਦੇਗਾ ਜੀ। ਜਿਵੇਂ ਮੇਰੀ ਆਹ ਮੋਲਡਿੰਗ ਦੇਖੋ, ਹਾਂਜੀ, ਇਹ ਮੋਲਡਿੰਗ ਨਾਲ ਆਹ ਮੋਲਡਿੰਗ ਸੇਮ ਮਿਲਾ ਲਓ ਜੀ, ਸੇਮ ਮੋਲਡਿੰਗ ਹੈ ਜੀ, ਆਹ ਦੇਖੋ। ਅੱਛਾ ਹਾਂ, ਆਹ ਮੋਲਡਿੰਗ, ਇਹ ਮੋਲਡਿੰਗ ਹੈ, ਉੱਪਰ ਪ੍ਰਾਈਸ ਪੜੋ 195 USD ਦਾ ਇੱਕ ਪੀਸ। ਯਾਨੀ ਕਿ ਇੰਡੀਆ ਦੇ ਵਿੱਚ ਤਾਂ ਇਹੋ ਜਿਹੀ ਮੋਲਡਿੰਗ ਮਿਲਣ ਦਾ ਮਤਲਬ ਨਹੀਂ, ਆਊਟ ਆਫ ਇੰਡੀਆ 18,000 ਰੁਪਏ ਦੀ ਇੱਕ ਮੋਲਡਿੰਗ ਵਿਕਦੀ ਹੈ ਜੀ, 18,000 ਰੁਪਏ ਦੀ ਇੱਕ ਮੋਲਡਿੰਗ। ਤੇ ਮੇਰੇ ਕੋਲ ਰੇਟ ਹੈਗਾ ਪੂਰੀ ਮੋਲਡਿੰਗ ਦਾ 1,300 ਰੁਪਇਆ, 150 ਰੁਪਏ ਤੋਂ ਸ਼ੁਰੂ ਹੈ ਤੇ 1,400 ਰੁਪਏ ਤੱਕ ਦੀ ਮੋਲਡਿੰਗ ਹੈ। ਹਰ ਪ੍ਰਕਾਰ ਦੀ ਗੋਲਡ ਗੋਲਡ ਵਾਲੀ, ਐਂਟੀਕ ਲੁੱਕ ਵਾਲੀ, ਆਹ ਦੇਖੋ ਇੱਕ ਤੋਂ ਇੱਕ ਸੁੰਦਰ ਤੋਂ ਸੁੰਦਰ ਮੋਲਡਿੰਗ ਮਿਲਣਗੀਆਂ। ਵਰਾਇਟੀ ਇੰਨੀ ਹੈ ਕਿ ਇੱਕ ਵੀਡੀਓ ਦੇ ਵਿੱਚ ਦਿਖਾ ਪਾਉਣਾ ਵੀ ਸੰਭਵ ਨਹੀਂ ਜੀ ਸਾਰਾ ਕੁਝ। ਫਿਰ ਆਹ ਦੇਖੋ ਮੇਰੀ ਇੱਕ ਆ ਹੈਗੀ ਹੈ 3D ਸੈਲਫ ਅਡੈਸਿਵ ਸ਼ੀਟ ਜੀ,
ਇਹਦੇ ਪਿੱਛੋਂ ਜਸਟ ਐਵੇਂ ਪੇਪਰ ਲੀਸ ਕਰਨਾ ਤੇ ਦੀਵਾਰ ਤੇ ਪੇਸਟ ਕਰ ਦੋ, ਤੁਹਾਡੀਆਂ 3D ਦੀਵਾਰਾਂ ਬਣ ਜਾਣਗੀਆਂ ਬੜੀਆਂ ਲਗਜ਼ਰੀ। ਉੱਪਰ ਬੰਦੇ ਵੀ ਚੱਲਣ ਫਿਰਨ ਤਾਂ ਵੀ ਨੀ ਕੁਛ ਹੋਣ ਵਾਲਾ, ਕੱਪੜਾ ਮਾਰਨ ਨਾਲ ਤਾਂ ਕੀ ਸਕ੍ਰੈਚੀ ਆਣਗੇ ਜੀ। ਅੱਛਾ ਤੁਰਨ ਫਿਰਨ ਨਾਲ ਵੀ, ਤੁਰਨ ਫਿਰਨ ਨਾਲ ਵੀ ਸਕ੍ਰੈਚੀ। ਇੱਕ ਥੋੜਾ ਜਿਹਾ ਪੀਸ ਮੈਂ ਇੱਧਰ ਸਾਈਡ ਤੇ ਵੀ ਪਾ ਕੇ ਲਿਖਾ ਰੱਖਿਆ ਜੀ, ਆਹ ਤੁਸੀਂ ਦੇਖ ਸਕੋਗੇ ਜੀ ਨੀਚੇ। ਆਹ ਬਿਲਕੁਲ, ਆਹ ਤੁਸੀਂ ਪੀਸ ਵੀ ਜਿਹੜਾ ਵੇਖ ਸਕਦੇ ਹੋ, ਆਹ ਦੇਖ ਲਈ ਸਾਈਡ ਬਣਾਇਆ ਆ। ਅੱਛਾ ਆਹ ਇੱਧਰ ਲਾਇਆ ਹੋਇਆ ਨੀ, ਆਹ ਨੀਚੇ ਕਿਨਾਰੇ ਤੇ ਪਾ ਰੱਖਿਆ। ਬੰਦੇ ਚੱਲਦੇ ਫਿਰਦੇ ਆ ਤਾਂ ਵੀ ਇਹਨੂੰ ਕੁਛ ਨੀ ਹੁੰਦਾ ਜੀ, ਫਲੋਰ ਦੇ ਵਿੱਚ ਪਾ ਰੱਖਿਆ। ਕਿੰਨੀ ਇਸ ਦੀ ਵਿੱਚ ਫਿਨਿਸ਼ਿੰਗ ਹੈ ਜੀ, ਆਹ ਦੇਖੋ। ਉੱਪਰ ਪਿੱਛੋਂ ਪੇਪਰ ਉਤਾਰ ਕੇ ਕੰਧ ਤੇ ਲਾ ਦੋ ਤੇ ਉੱਤੋਂ ਪ੍ਰੋਟੈਕਸ਼ਨ ਫਿਲਮ ਪੱਟ ਦਿਓ ਤੇ ਇਹਦਾ ਭਾਰ ਰਹਿ ਗਿਆ ਹੁਣ ਸਿਰਫ 150 ਰੁਪਿਆ ਜੀ। ਤੁਸੀਂ ਹਰ ਵਰਗ ਦੇ ਲੋਕਾਂ ਦਾ ਪੂਰਾ ਧਿਆਨ ਰੱਖਦੇ ਹੋ ਕਿ ਕਿਸੇ ਦਾ ਚਾਹ ਅਧੂਰਾ ਨਾ ਰਹੇ। ਹਾਂ ਬਿਲਕੁਲ ਜੀ ਬਿਲਕੁਲ, ਜਿਹੋ ਜਿਹਾ ਮਰਜ਼ੀ ਲੈਣਾ ਚਾਹੋ ਉਹੋ ਜਿਹਾ ਮਾਲ ਮਿਲੂਗਾ, ਜਿੰਨੇ ਪੈਸੇ ਲਗਾਉਣਾ ਚਾਹੋ ਉਨੇ ਪੈਸੇ ਲਗਾ ਕੇ ਆਪਣਾ ਘਰ ਸੁੰਦਰ ਬਣਾ ਸਕਦੇ। ਪ੍ਰਾਈਜ਼ ਦੀ ਗੱਲ ਹੈ ਤਾਂ ਇਹੋ ਜਿਹਾ ਪ੍ਰਾਈਜ਼ ਕੋਈ ਕਿਤੇ ਕਿਵੇਂ ਦੇ ਹੀ ਨਹੀਂ ਸਕਦਾ ਜੀ। ਮੇਰਾ ਪ੍ਰਾਈਜ਼ ਹੋਊਗਾ 53 ਰੁਪਏ ਸਕੁਅਰ ਫੁੱਟ। ਇਹ ਪ੍ਰਾਈਜ਼ ਤੁਸੀਂ ਓਪਨ ਨਹੀਂ ਉਹ ਦੱਸਤਾ, ਕਈ ਵਾਰ ਐਂ ਹੁੰਦਾ ਕਿ ਯਾਰ ਓਲਾ ਰੱਖੀ। ਨਾ ਜੀ ਨਾ ਨਾ ਨਾ, ਆਪਣਾ ਕੰਮ ਹੀ ਸਾਰਾ ਹੋਲਸੇਲ ਦਾ ਜੀ, ਕੋਈ ਓਲਾ ਰੱਖਣ ਵਾਲਾ ਕੋਈ ਕੰਮ ਹੀ ਨਹੀਂ, ਹੋਲਸੇਲ ਦਾ ਕੰਮ ਹੈ। ਬਿਲਕੁਲ ਸਾਰਾ ਕੁਝ ਕਲੀਅਰ ਤੇ ਟ੍ਰਾਂਸਪੇਰੈਂਟ ਹੋਊਗਾ ਜੀ ਆਪਣੇ। ਜਿਹੜੀ ਇਹ 53 ਰੁਪਏ ਸਕੁਅਰ ਫੁੱਟ ਜੀ, ਸਕੁਅਰ ਫੁੱਟ ਦੇ ਹਿਸਾਬ ਨਾਲ ਵਿਕਦੀ ਹੈ। ਬਿਲਡਿੰਗ ਦੇ ਬਾਹਰ ਲਗਾਓ, ਇੰਟੀਰੀਅਰ ਲਗਾਓ, ਐਕਸਟੀਰੀਅਰ ਲਗਾਓ, ਕਿਤੇ ਵੀ ਲਗਾ ਦਿਓ, ਕੋਈ ਦਿੱਕਤ ਨਹੀਂ। ਤੁਸੀਂ ਆਪਣੇ ਘਰ ਦੀ ਦੀਵਾਰ ਮੰਨ ਕੇ ਚੱਲੋ, ਜੇ ਮੇਰਾ ਇਹ ਵਾਲ ਪੇਪਰ ਲਗਾਏ ਨਾ ਤੁਹਾਡਾ ਘਰ ਐਵੇਂ ਬਣੇਗਾ ਜੀ, ਜੇ ਐਵੇਂ ਨਹੀਂ ਬਣੇਗਾ ਤਾਂ ਮੇਰੀ ਗਾਰੰਟੀ ਰਹੇਗੀ ਜੀ। ਇਹਦੀ ਫਿਰ ਵਾਲ ਪੇਪਰ ਦੀ ਜ਼ਿੰਦਗੀ ਕਿੰਨੀ ਲੰਬੀ ਹੁੰਦੀ ਹੈ, ਕਿੰਨੀ ਕੁ ਲਾਈਫ ਹੁੰਦੀ ਹੈ? ਅਗਰ ਜੀ ਦੇਖੋ ਦੀਵਾਰ ਤੇ ਸੀਲਨ ਨਹੀਂ ਆਊਗੀ ਤਾਂ 15 ਸਾਲ ਵੀ ਆਖੋ ਤਾਂ 15 ਸਾਲ ਵੀ ਇਹਨੂੰ ਕੁਛ ਨਹੀਂ ਆਉਂਦਾ ਜੀ। ਮੇਰੇ ਕੋਲ ਯੂਨੀਕ ਇਹੋ ਜਿਹਾ ਬਹੁਤ ਕੁਝ ਪਾਓਗੇ ਜਿਹੜਾ ਪੂਰੀ ਕੰਟਰੀ ਦੇ ਵਿੱਚ ਕਿਤੇ ਨਹੀਂ, ਯਾਨੀ ਪੂਰੀ ਕੰਟਰੀ ਦੇ ਵਿੱਚ ਕਿਤੇ ਨਹੀਂ ਮਿਲੂਗਾ ਜੀ ਇਹੋ ਜਿਹਾ। ਯੂਨੀਕ ਤੋਂ ਯੂਨੀਕ ਚੀਜ਼ਾਂ ਦਿਖਾਵਾਂਗਾ ਤੁਹਾਨੂੰ, ਖੁਦ ਨੂੰ ਹੀ ਫੀਲ ਹੋਏਗਾ ਥੋੜੀ ਦੇਰ ਬਾਅਦ ਵੀ ਇਹੋ ਜਿਹੇ ਪ੍ਰੋਡਕਟ, ਇਹੋ ਜਿਹੀਆਂ ਚੀਜ਼ਾਂ ਕਿਤੇ ਵੀ ਨਹੀਂ ਜੀ। ਜਿਹੜਾ ਮੇਰੀ ਯੂਵੀ ਮਾਰਬਲ ਸ਼ੀਟ ਹੈ, ਇਹ 'ਚ ਤਾਕਤ ਲਗਾ ਲਓ ਕਿੰਨੀ ਵੀ ਤੇ ਸ਼ੀਟ ਟੁੱਟਦੀ ਨਹੀਂ। ਮੇਰੇ ਤੋਂ ਇਲਾਵਾ ਜਿਹੜੀ ਬਾਜ਼ਾਰ ਦੇ ਵਿੱਚ ਸ਼ੀਟ ਹੈ ਨਾ ਉਹ ਆਹ ਹੁੰਦੀ ਹੈ ਜੀ, ਮਾੜਾ ਜਿਹਾ ਹੱਥ ਲਗਾਉਣ ਨਾਲ ਹੀ ਸ਼ੀਟ ਟੁੱਟ ਜੂਗੀ ਤੇ ਇਹਦੇ ਸਰਫੇਸ 'ਤੇ ਦੇਖੋ ਇਸ ਦੇ ਉੱਤੇ ਫਿਲਮ ਲੱਗੀ ਹੈ ਤੇ ਮੇਰੇ ਵਾਲੀ ਸ਼ੀਟ ਦੇ ਉੱਤੇ ਅਲਮੀਨੀਅਮ ਹੈ, ਉੱਪਰ ਵੀ ਅਲਮੀਨੀਅਮ ਪਿੱਛੇ ਵੀ ਅਲਮੀਨੀਅਮ, ਚਾਹੇ ਇਹਨੂੰ ਬਿਲਡਿੰਗ ਦੇ ਬਾਹਰ ਲਾ ਦਿਓ ਮੀਂਹ ਪਾਣੀ ਧੁੱਪ ਦੇ ਵਿੱਚ ਇਹਨੂੰ ਕੁਝ ਨਹੀਂ ਹੋਣ ਵਾਲਾ ਜੀ। 1.25 mm ਥਿਕਨੈਸ। ਅੱਛਾ ਬਿਲਕੁਲ ਜੀ, ਇਹਦੀ ਕੀ ਖਾਸੀਅਤ ਹੈ ਇੰਨਾ ਮੋਟਾ ਆ ਇਹ? ਇਹਦੇ ਬੈਕ ਸਾਈਡ ਤੋਂ ਜਸਟ ਐਵੇਂ ਪੇਪਰ ਲੀਸ ਕਰਨਾ ਤੇ ਕਿਸੇ ਵੀ ਦੀਵਾਰ ਦੇ ਉੱਤੇ ਪੇਸਟ ਕਰ ਦਿਓ ਜੀ ਇਹਨੂੰ। ਕਿਸੇ ਵੀ ਦੀਵਾਰ ਦੇ ਉੱਤੇ, ਮਤਲਬ ਜਿਹਨੇ ਲਪਾਈ ਕਰਾ ਕੇ ਹਾਲੇ ਵਾਲ ਬੂਟੀ ਨਹੀਂ ਫਰਵਾਈ, ਵਾਲ ਪਲਸਤਰ ਦੀਆਂ ਦੀਵਾਰਾਂ ਤੇ ਵੀ ਲੱਗੇਗਾ। ਦੇਖੋ ਐਵੇਂ ਪੇਪਰ ਪਟਣਾ ਤੇ ਦੀਵਾਰ ਤੇ ਪੇਸਟ ਕਰ ਦੇਣਾ। ਬੈਕ ਸਾਈਡ ਤੇ ਅਲਮੀਨੀਅਮ ਹੈ ਜੀ, ਅਲਮੀਨੀਅਮ ਹੈ, ਹਾਂ ਅਲਮੀਨੀਅਮ ਹੈ, ਸੀਲਨ ਨੂੰ ਬਾਹਰ ਜਾਣ ਹੀ ਨਹੀਂ ਦੇਗਾ ਬਿਨਾਂ ਵਾਲ। ਆਮ ਨੋਰਮਲ ਵਾਲ ਪੇਪਰ ਤਾਂ ਕਹਿੰਦੇ ਨਾ ਵਾਲ ਪੁੱਟੀ ਤੇ ਲੱਗਦਾ ਜੀ, ਤੇ ਇਹ ਬਿਨਾਂ ਵਾਲ ਪੁੱਟੀ ਤੋਂ ਪਲਸਤਰ ਦੀ ਦੀਵਾਰਾਂ ਤੇ ਵੀ ਲੱਗ ਜੂਗਾ ਜੀ। ਦੇਖੋ ਜੀ ਮੇਰੀ ਦੇਸ਼ ਦੀ ਸਭ ਤੋਂ ਸੋਹਣੀ ਟਾਇਲ, ਟਾਇਲ ਹੈ ਜੀ। ਇਹਨੂੰ ਜ਼ਮੀਨ, ਇਹਨੂੰ ਕੰਧਾ ਕੁੰਧਾ ਤੇ ਕਿਤੇ ਵੀ ਲਾ ਦੋ, ਐ ਲੱਗੂਗਾ ਜਿਵੇਂ ਹੀਰੇ ਲੱਗੇ ਹੈ ਜੀ। ਦੇਸ਼ ਦੀ ਸਭ ਤੋਂ ਸੋਹਣੀ ਟਾਇਲ, ਇੰਨੀ ਸੋਹਣੀ ਟਾਇਲ ਕਿਸੇ ਕੋਲ ਨਹੀਂ ਜੀ। ਦੇਖੋ ਵਰਾਇਟੀ ਹੀ ਵਰਾਇਟੀ ਹੈ ਜੀ, ਐਂਡਲੈਸ ਵਰਾਇਟੀ।
ਉਹੀ ਕੈਲਦਾ ਨਿਚੋੜੇ ਨਾ ਹੱਥ ਥੱਕਣਗੇ, ਵਾਲਪੇਪਰ ਨਹੀਂ ਖਤਮ ਹੋਊਗਾ ਜੀ। ਇੱਕ ਤੋਂ ਇੱਕ ਮਾਲ ਆਹ ਲਗਾਇਆ ਤਾਂ ਇਹਨੂੰ ਆਪਣੇ ਘਰ ਦੀ ਦੀਵਾਰ ਮੰਨ ਕੇ ਚੱਲੋ, ਇਹੋ ਜਿਹਾ ਲੁੱਕ ਆਊਗਾ। ਆਹ ਦੇਖੋ ਜਿਵੇਂ ਇੰਬੋਜ਼ਿੰਗ ਹੈ, ਸ਼ਾਈਨ ਹੈ, ਇੱਕ ਸੁੰਦਰ ਤੋਂ ਸੁੰਦਰ ਮਾਲ ਜੀ। ਜਿੰਨਾ ਮਰਜ਼ੀ ਦੇਖੀ ਜਾਓ ਜੀ, ਵਾਲਪੇਪਰ ਹਰ ਪ੍ਰਕਾਰ ਦਾ ਵਾਲਪੇਪਰ, ਸਾਰੇ PVC ਕੋਟਿਡ ਵਾਲਪੇਪਰ ਹੈ। ਗਿੱਲਾ ਕੱਪੜਾ ਮਾਰੋ, ਪਾਣੀ ਨਾਲ ਵਾਸ਼ ਕਰੋ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ। ਉੱਪਰ ਦੇਖੋ ਇਟਲੀ ਲਿਖਿਆ ਪਿਆ, ਇਟਲੀ ਦੇਸ਼ ਦਾ ਵਾਲਪੇਪਰ। ਅੱਛਾ, ਇਟਲੀ ਤੋਂ ਆਇਆ, ਲਓ ਜੀ ਯੂਰਪ ਚਲੇ ਗਏ ਆਪਾਂ। ਇਟਲੀ ਕੰਟਰੀ ਦਾ ਵਾਲਪੇਪਰ, ਅਗਰ ਆਹ ਵਾਲਪੇਪਰ ਲਗਾਇਆ ਤਾਂ ਤੁਹਾਡੀ ਦੀਵਾਰ ਐਂ ਬਣੂਗੀ ਜੀ। ਇਹ ਮੇਰਾ ਇੰਨਾ ਸੋਹਣਾ ਵਾਲਪੇਪਰ ਹੈ, ਜਿੰਨੇ ਵਾਲਪੇਪਰ ਨਹੀਂ ਵੀ ਲਵਾਉਣਾ ਨਾ, ਅਗਰ ਮੇਰੀ ਇਹ ਬੁੱਕ ਦੇਖ ਲੇਗਾ, ਮੇਰਾ ਇਹ ਮਟੀਰੀਅਲ ਦੇਖ ਲੇਗਾ, ਤਾਂ ਉਹਦਾ ਮਨ ਬਣ ਜਾਏਗਾ ਵੀ ਮੈਂ ਇਹ ਵਾਲਾ ਵਾਲਪੇਪਰ ਲਵਾਵਾਂ। 1100 ਰੁਪਏ ਦਾ 10x10 ਦੇ ਰੂਮ ਦੀਆਂ 1100 ਰੁਪਏ ਦਾ, ਉਹ 900 ਰੁਪਏ ਦਾ, 900 ਰੁਪਏ ਦਾ 10x10 ਦੇ ਰੂਮ ਦੀਆਂ ਚਾਰੇ ਕੰਧਾਂ ਕਵਰ ਕਰ ਲੋਗੇ ਤਾਂ 6600 ਰੁਪਏ ਦਾ ਮਾਲ ਜੀ। 6600 ਰੁਪਏ ਦਾ, 6600 ਰੁਪਏ ਕਮਰਾ ਤਿਆਰ, ਕਮਰਾ ਤਿਆਰ, ਤੇ ਜਿਵੇਂ ਮੈਂ ਤੁਹਾਨੂੰ ਦਿਖਾਇਆ ਇਹ ਤੁਹਾਡਾ ਕਮਰਾ ਬਣ ਜੂਗਾ ਜੀ। ਆਹ ਦੇਖੋ, ਅਰੇ ਵਾਹ, ਆਹ ਦੇਖ ਲੋ, ਐਵੇਂ ਕੋਈ ਜੋੜ ਜੂੜ ਕੁਛ ਨਜ਼ਰ ਨਹੀਂ ਆਊਗਾ, ਐਵੇਂ ਤੁਹਾਡਾ ਰੂਮ ਬਣਨ ਦੀ ਮੇਰੀ ਗਰੰਟੀ ਰਹੇਗੀ। ਅਗਰ ਇਹ ਵਾਲਪੇਪਰ ਲਗਾਇਆ ਤਾਂ ਤੁਹਾਡਾ ਰੂਮ ਬਿਲਕੁਲ ਐਵੇਂ ਬਣੇਗਾ ਜੀ। ਥਿਕਨੈਸ ਵੀ ਬਹੁਤ ਸੋਹਣੀ ਹੈ, ਬਹੁਤ ਵਧੀਆ ਥਿਕਨੈਸ, PVC ਕੋਟਿਡ, ਗਿੱਲਾ ਕੱਪੜਾ ਮਾਰੋ, ਕਲੀਨ, ਵਰਾਇਟੀ ਜਿੰਨੀ ਮਰਜ਼ੀ ਦੇਖੀ ਜਾਓ ਖਤਮ ਹੀ ਨਹੀਂ ਹੋਊਗਾ। ਐਂਡਲੈਸ ਮਾਲ, ਜਿੰਨਾ ਮਰਜ਼ੀ ਦੇਖੋ, ਸਾਰਾ ਦਾ ਸਾਰਾ ਸਟੋਕ ਅਵੇਲੇਬਲ, ਜਿਹੋ ਜਿਹਾ ਮਰਜ਼ੀ ਡਿਜ਼ਾਈਨ ਲੈ ਲਓ ਜੀ। ਇਹ ਉਸ ਤੋਂ ਵੀ 5 ਗੁਣਾ ਸਸਤਾ ਕਰ ਦੂੰਗਾ ਜੀ ਮੈਂ, 6 ਗੁਣਾ ਸਸਤਾ, 5 ਗੁਣਾ ਸਸਤਾ, ਮਾਤਰ 35 ਰੁਪਈਏ ਸਕੇਅਰ ਫੁੱਟ ਜੀ। 35 ਰੁਪਏ ਸਕੇਅਰ ਫੁੱਟ ਦੇ ਹਿਸਾਬ ਨਾਲ, ਸਕੇਅਰ ਫੁੱਟ, ਦੇਸ਼ ਦਾ ਸਭ ਤੋਂ ਸੋਹਣਾ ਲੈਦਰ, ਇੰਨਾ ਸੋਹਣਾ ਲੈਦਰ ਕਿਤੇ ਵੀ ਨਹੀਂ ਜੀ। ਇਹਨੂੰ ਕਿਸੇ ਵੀ ਫਰਨੀਚਰ ਤੇ, ਦੀਵਾਰਾਂ ਤੇ, ਸੋਫੇ ਤੇ ਕਿਤੇ ਵੀ ਲਾ ਦਿਓ, ਜਿਵੇਂ ਡਾਇਮੰਡ ਸ਼ਾਈਨ ਕਰਦੇ ਆ, ਐ ਸ਼ਾਈਨ ਕਰੇਗਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਰੈਮ ਟੀਵੀ ਨਾਲ ਜੁੜੇ ਹੋ ਤੁਸੀਂ ਅਤੇ ਮੈਂ ਹਰਵਿੰਦਰ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਕਹਿੰਦੇ ਹਰ ਕੋਈ ਚਾਹੁੰਦਾ ਮੇਰਾ ਘਰ ਸੋਹਣਾ ਲੱਗੇ, ਹਰ ਕੋਈ ਚਾਹੁੰਦਾ ਕਿ ਮੇਰਾ ਕੋਈ ਰਿਸ਼ਤੇਦਾਰ ਜੇ ਘਰੇ ਜਾਂ ਕੋਈ ਦੋਸਤ ਮਿੱਤਰ ਆਵੇ ਤਾਂ ਉਹ ਮੇਰੇ ਘਰ ਦੀ ਤਾਰੀਫ ਕਰੇ। ਘਰ ਹਰ ਕੋਈ ਚਾਹੁੰਦਾ ਕਿ ਸੋਹਣਾ ਬਣੇ, ਪਰ ਉਸ ਸੋਹਣੇ ਦੇ ਚੱਕਰ ਦੇ ਵਿੱਚ ਲੋਕ ਧਰ ਧਰ ਦੀਆਂ ਦੁਕਾਨਾਂ ਦੇ, ਜਾਣ ਪਛਾਣਾਂ ਦੇ ਧੱਕੇ ਖਾ ਖਾ ਕੇ ਅੱਕ ਜਾਂਦੇ ਨੇ, ਪਰ ਸਹੀ ਚੀਜ਼, ਸਹੀ ਨਾਪਦੰਡ, ਸਹੀ ਰੇਟ ਨਹੀਂ ਮਿਲਦਾ ਅਤੇ ਯੂਨੀਕ ਚੀਜ਼ ਨਹੀਂ ਲੱਭਦੀ। ਅੱਜ ਅਸੀਂ ਤੁਹਾਡੇ ਵਾਸਤੇ ਯੂਨੀਕ ਚੀਜ਼ ਵੀ ਲੱਭੀ ਹੈ ਤਾਂ ਸਾਰੀ ਗੱਲਬਾਤ ਕਰਦੇ ਹਾਂ। ਵਿਕਾਸ ਜੀ ਸਾਡੇ ਨਾਲ ਨੇ, ਸਰ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਬਿਲਕੁਲ ਵਧੀਆ ਜੀ। ਹਾਂ, ਮੈਂ ਮਾਈਕ ਤੁਹਾਡੇ ਲਾ ਦੇਣਾ, ਤੁਹਾਨੂੰ ਡਿਸਟਰਬ ਤਾਂ ਨਹੀਂ ਕਰ ਰਿਹਾ, ਮੈਂ ਆ ਗਿਆ ਇੱਕੋ ਦਮ। ਕੋਈ ਦਿੱਕਤ ਨਹੀਂ ਭਾਈ ਸਾਹਿਬ, ਕੋਈ ਦਿੱਕਤ ਨਹੀਂ ਹੈ। ਮੈਂ ਦਿਮਾਗ 'ਚ ਗੱਲ ਆ ਜਾਂਦੀ ਹੈ, ਹਰ ਕੋਈ ਚਾਹੁੰਦਾ ਕਿ ਕੋਈ ਮੇਰੇ ਘਰੇ ਆਵੇ ਤਾਂ ਕੰਧ ਨੂੰ ਹੱਥ ਲਾ ਕੇ ਕਹਿ ਕੇ ਬਾਈ ਤਾਂ ਆਹ ਚੀਜ਼ ਬੜੀ ਸੋਹਣੀ ਲਵਾਈ ਹੈ, ਕੀ ਤੋਂ ਲਵਾਈ ਹੈ? ਬਿਲਕੁਲ ਬਿਲਕੁਲ ਜਨਾਬ, ਬਿਲਕੁਲ ਸਹੀ। ਇੰਟੀਰੀਅਰ ਦੇ ਵਿੱਚ ਤਾਂ ਇਹ ਮੈਂ ਗੱਲ ਦਾ ਨਿਚੋੜ ਇਹ ਕਹਾਂਗਾ ਜੀ, ਇੰਟੀਰੀਅਰ ਐਕਸਟੀਰੀਅਰ ਤਾਂ ਇਹ ਸਮਝੋ ਤੁਸੀਂ ਦੇਸ਼ ਦੀ ਅੰਤਿਮ ਜਗ੍ਹਾ 'ਤੇ ਹੋ ਜੀ। ਮੇਰੇ ਕੋਲ ਯੂਨੀਕ ਯੂਨੀਕ ਇਹੋ ਜਿਹਾ ਬਹੁਤ ਕੁਛ ਪਾਓਗੇ ਜਿਹੜਾ ਪੂਰੀ ਕੰਟਰੀ ਦੇ ਵਿੱਚ ਕਿਤੇ ਨਹੀਂ, ਯਾਨੀ ਪੂਰੀ ਕੰਟਰੀ ਦੇ ਵਿੱਚ ਕਿਤੇ ਨਹੀਂ ਮਿਲ ਸਕਦਾ, ਕਿਤੇ ਨਹੀਂ ਮਿਲੂਗਾ ਜੀ। ਇਹੋ ਜਿਹਾ ਯੂਨੀਕ ਤੋਂ ਯੂਨੀਕ ਚੀਜ਼ਾਂ ਦਿਖਾਵਾਂਗਾ, ਤੁਹਾਨੂੰ ਖੁਦ ਨੂੰ ਹੀ ਫੀਲ ਹੋਏਗਾ ਥੋੜ੍ਹੀ ਦੇਰ ਬਾਅਦ ਵੀ ਇਹੋ ਜਿਹੇ ਪ੍ਰੋਡਕਟ, ਇਹੋ ਜਿਹੀਆਂ ਚੀਜ਼ਾਂ ਕਿਤੇ ਵੀ ਨਹੀਂ ਜੀ। ਨਾ ਬਿਲਕੁਲ, ਮੈਂ ਕਹਿੰਦਾ ਆਪਾਂ ਸ਼ੁਰੂ ਹੀ ਕਰ ਲੈਂਦੇ, ਮੈਂ ਵੀ ਇਹ ਫੀਲ ਲੈਣਾ ਚਾਹੁੰਦਾ ਕਿ ਪਤਾ ਲੱਗੇ ਬਿਲਕੁਲ ਕਿਹੜੀ ਯੂਨੀਕ ਯੂਨੀਕ ਚੀਜ਼ ਆ। ਜਿਵੇਂ ਆਹ ਦੇਖੋ ਜੀ, ਮੇਰੀ UV ਮਾਰਬਲ ਸ਼ੀਟ ਹੈ ਜੀ। UV ਮਾਰਬਲ ਸ਼ੀਟ ਦੇ ਵਿੱਚ ਤੁਸੀਂ ਡੀਪਲੀ ਜਾਓਗੇ ਤਾਂ ਇਹਨੂੰ ਇੰਡੀਆ ਦੇ ਵਿੱਚ ਪੈਦਾ ਹੀ ਅਸੀਂ ਕੀਤਾ, ਅਤੇ ਇਸ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਵੀ ਜੋ ਟੈਕਨੋਲੋਜੀ, ਜੋ ਕੁਆਲਿਟੀ ਆਪਣੇ ਕੋਲ ਹੈ ਉਹ ਪੂਰੀ ਕੰਟਰੀ ਦੇ ਵਿੱਚ ਕਿਤੇ ਨਹੀਂ ਹੈ ਜੀ। UV ਮਾਰਬਲ ਸ਼ੀਟ ਦਾ ਮਤਲਬ ਕੀ ਹੋਇਆ? ਜਿਵੇਂ UV ਰੇਜ਼ ਹੁੰਦੇ ਨੇ, ਹਾਂ ਹਾਂ ਕੋਈ ਗੱਲ ਨਹੀਂ, ਤੁਸੀਂ ਫੋਨ ਸੁਣ ਲਓ। ਮੈਂ ਉਹ UV ਰੇਸ ਜਿਵੇਂ ਸੁਣੀਆਂ ਨੇ ਕਿ ਉਹ UV ਰੇਸ ਤੋਂ ਬਚਾ, ਇਹ UV ਮਾਰਬਲ ਸ਼ੀਟ ਕਿਹੜੀ ਹੋਈ ਭਲਾ ਦੀ? ਇਹਨੂੰ ਜੀ ਦੀਵਾਰ ਤੇ ਲਗਾ ਦਿਓ, ਇੰਟੀਰੀਅਰ ਐਕਸਟੀਰੀਅਰ ਕਿਤੇ ਮਰਜ਼ੀ ਲਗਾ ਦਿਓ, ਕਿਸੇ ਪਾਸੋਂ ਕੋਈ ਦਿੱਕਤ ਨਹੀਂ। ਜਿਹੜਾ ਮੇਰੀ UV ਮਾਰਬਲ ਸ਼ੀਟ ਹੈ, ਇਹ 'ਚ ਤਾਕਤ ਲਗਾ ਲਓ ਕਿੰਨੀ ਵੀ ਅਤੇ ਸ਼ੀਟ ਟੁੱਟਦੀ ਨਹੀਂ। ਮੇਰੇ ਤੋਂ ਇਲਾਵਾ ਜਿਹੜੀ ਬਾਜ਼ਾਰ ਦੇ ਵਿੱਚ ਸ਼ੀਟ ਹੈ ਨਾ, ਉਹ ਆਹ ਹੁੰਦੀ ਹੈ ਜੀ, ਮਾੜਾ ਜਿਹਾ ਹੱਥ ਲਗਾਉਣ ਨਾਲ ਹੀ ਸ਼ੀਟ ਟੁੱਟ ਜੂਗੀ, ਅਤੇ ਇਹਦੇ ਸਰਫੇਸ 'ਤੇ ਦੇਖੋ ਇਸ ਦੇ ਉੱਤੇ ਫਿਲਮ ਲੱਗੀ ਹੈ, ਅਤੇ ਮੇਰੇ ਵਾਲੀ ਸ਼ੀਟ ਦੇ ਉੱਤੇ ਅਲਮੀਨੀਅਮ ਹੈ, ਉੱਪਰ ਵੀ ਅਲਮੀਨੀਅਮ, ਪਿੱਛੇ ਵੀ ਅਲਮੀਨੀਅਮ,
ਚਾਹੇ ਇਹਨੂੰ ਬਿਲਡਿੰਗ ਦੇ ਬਾਹਰ ਲਾ ਦੋ, ਮੀਂਹ ਪਾਣੀ ਧੁੱਪ ਦੇ ਵਿੱਚ ਇਹਨੂੰ ਕੁਝ ਨਹੀਂ ਆਉਣ ਵਾਲਾ ਜੀ। ਕਈ ਵਾਰ ਤਾਂ ਬਈ ਸਾਡੀਆਂ ਮਾਵਾਂ ਨੂੰ ਸਾਡੇ ਘਰਦਿਆਂ ਨੂੰ ਹੁੰਦੀ ਆਦਤ ਕਿ ਲੈ ਚਮਕਾ ਦਈਏ ਕੀਰਾ, ਕੱਪੜਾ ਫੇਰ ਗਿੱਲਾ ਕੱਪੜਾ ਫੇਰ ਸਰਫ ਵਾਲਾ ਕੱਪੜਾ ਫੇਰ, ਕੋਈ ਅਸਰ ਤਾਂ ਨੀ ਹੁੰਦਾ ਇਹਦੇ ਉੱਤੇ। ਸਰਫ ਵਾਲਾ ਕੱਪੜਾ ਤਾਂ ਕੀ ਕਰੂਗਾ ਜੀ, ਤੁਸੀਂ ਬਿਲਡਿੰਗ ਦੇ ਬਾਹਰ ਲਾਓ, ਮੀਂਹ ਪਾਣੀ ਧੁੱਪ ਹਨੇਰੀ ਕੁਛ ਪਵੇ ਇਹਨੂੰ ਕੁਝ ਨੀ ਆਉਣ ਵਾਲਾ। 47-48 ਡਿਗਰੀ ਦੀ ਟੈਂਪਰੇਚਰ ਜਦੋਂ ਹੋ ਜਾਂਦਾ ਨਾ, ਧੁੱਪ ਪੈਂਦੀ ਹੈ ਉਦੋਂ ਕੋਈ ਵੀ ਚੀਜ਼ ਨਹੀਂ ਖੜਦੀ, ਤੇ ਲੇਕਿਨ ਮੇਰੀ ਸ਼ੀਟ ਉਵੇਂ ਦੀ ਉਵੇਂ ਰਹੇਗੀ ਜੀ, ਕਿਉਂਕਿ ਇਹਦੇ ਸਰਫੇਸ ਤੇ ਅਲਮੀਨੀਅਮ ਹੈ। ਤੇ ਦੂਜੀ ਗੱਲ ਮੈਂ ਤੁਹਾਨੂੰ ਇੱਕ ਹੋਰ ਦੱਸਾਂਗਾ, ਜਿਹੜਾ ਇਸ ਦੀ ਪ੍ਰਾਈਜ਼ ਦੀ ਗੱਲ ਹੈ ਤਾਂ ਇਹੋ ਜਿਹਾ ਪ੍ਰਾਈਜ਼ ਕੋਈ ਕਿਤੇ ਕਿਵੇਂ ਦੇ ਹੀ ਨਹੀਂ ਸਕਦਾ ਜੀ। ਮੇਰਾ ਪ੍ਰਾਈਜ਼ ਹੋਊਗਾ 53 ਰੁਪਏ ਸਕੁਅਰ ਫੁੱਟ। ਇਹ ਪ੍ਰਾਈਜ਼ ਤੁਸੀਂ ਓਪਨ ਨਹੀਂ ਦੱਸਤਾ, ਕਈ ਵਾਰ ਐਂ ਹੁੰਦਾ ਕਿ ਯਾਰ ਓਲਾ ਰੱਖੀ। ਨਾ ਜੀ ਨਾ ਨਾ ਨਾ, ਆਪਣਾ ਕੰਮ ਹੀ ਸਾਰਾ ਹੋਲਸੇਲ ਦਾ ਜੀ, ਕੋਈ ਓਲਾ ਰੱਖਣ ਵਾਲਾ ਕੋਈ ਕੰਮ ਹੀ ਨਹੀਂ, ਹੋਲਸੇਲ ਦਾ ਕੰਮ ਹੈ, ਬਿਲਕੁਲ ਸਾਰਾ ਕੁਝ ਕਲੀਅਰ ਤੇ ਟ੍ਰਾਂਸਪੇਰੈਂਟ ਹੋਊਗਾ ਜੀ ਆਪਣੇ। ਜਿਹੜੀ ਇਹ 53 ਰੁਪਏ ਸਕੁਅਰ ਫੁੱਟ ਜੀ, ਸਕੁਅਰ ਫੁੱਟ ਦੇ ਹਿਸਾਬ ਨਾਲ ਵਿਕਦੀ ਹੈ। ਬਿਲਡਿੰਗ ਦੇ ਬਾਹਰ ਲਗਾਓ, ਇੰਟੀਰੀਅਰ ਲਗਾਓ, ਐਕਸਟੀਰੀਅਰ ਲਗਾਓ, ਕਿਤੇ ਵੀ ਲਗਾ ਦਿਓ, ਕੋਈ ਦਿੱਕਤ ਨਹੀਂ। ਮੈਂ ਤੁਹਾਨੂੰ ਇਹਦੀ ਆਫਟਰ ਇੰਸਟਾਲੇਸ਼ਨ ਦੀਆਂ ਪਿਕਚਰ ਵੀ ਦਿਖਾ ਦਿੰਦਾ ਵੀ ਲੱਗਣ ਤੋਂ ਬਾਅਦ ਇਹਦਾ ਕੀ ਵਿਊ ਆਏਗਾ। ਬਿਲਕੁਲ, ਮੈਂ ਵੀ ਉਹ ਚਾਹੁੰਦਾ ਹੈ ਕਿ ਜਿਹੜੀ ਤਸਵੀਰ ਆ ਉਹ ਤੁਸੀਂ ਜਿਹੜੀ ਆ ਉਹ ਦੇਖ ਰਹੀ ਹੈ। ਲੱਗਣ ਤੋਂ ਬਾਅਦ ਬਹੁਤ ਸੋਹਣਾ ਵਿਊ ਆਊਗਾ ਜੀ, ਬਿਲਡਿੰਗ ਦੇ ਬਾਹਰ ਇਸ ਤੇ ਲਗਾਓ, ਇੰਟੀਰੀਅਰ 'ਚ ਲਗਾਓ, ਦੀਵਾਰਾਂ 'ਤੇ ਲਗਾਓ। ਇੱਕ ਵਾਰੀ ਦੀਵਾਰ 'ਤੇ ਲਗਾ ਤਾ ਕਿੰਨੀ ਸੀਲਨ ਆਵੇ, ਸੀਪੇਜ ਆਵੇ, ਦੀਵਾਰਾਂ 'ਚੋਂ ਸਮਿੰਟ ਚੜੇ, ਕੋਈ ਸਮੱਸਿਆ ਨਹੀਂ। ਇਹ ਰੰਗ ਤਾਂ ਨਹੀਂ ਫੇਟ ਹੁੰਦਾ, ਮਤਲਬ ਹੀ ਨਹੀਂ ਜੀ ਕੋਈ ਐਕਸਟੀਰੀਅਰ ਇੰਟੀਰੀਅਰ ਕੋਈ ਦਿੱਕਤ ਹੀ ਨਹੀਂ ਜੀ, ਪੂਰਾ ਸੋਲਿਡ ਪ੍ਰੋਡਕਟ ਹੈ ਜੀ, ਫਾਇਰ ਪਰੂਫ, ਵਾਟਰ ਪਰੂਫ, ਸਭ ਕੁਝ ਹੈ ਜੀ। ਹੁਣ ਤੁਸੀਂ ਵਾਟਰ ਪਰੂਫ ਦੀ ਗੱਲ ਕੀਤੀ ਆ, ਹਾਂਜੀ, ਬਹੁਤ ਘਰ ਬੜਾ ਸ਼ੌਂਕ ਨਾਲ ਬਣਾਇਆ ਜਾਂਦਾ। ਬਿਲਕੁਲ, ਜਦੋਂ ਬਣ ਕੇ ਤਿਆਰ ਹੋ ਜਾਂਦਾ 4-5 ਸਾਲ ਬਾਅਦ ਪਤਾ ਲੱਗਦਾ ਯਾਰ ਇਹ 'ਚ ਤਾਂ ਸਲਾਬ ਆਉਂਦੀ ਆ, ਮੈਂ ਤਾਂ ਅੱਕ ਗਿਆ ਕਰਾ ਕਰਾ, ਕਦੇ ਸਿਮੈਂਟ ਤੜਾ, ਕਦੇ ਕੰਧਾ ਤੜਾ। ਬਿਲਕੁਲ ਜੀ, ਅਗਲਾ ਨਹੀਂ ਚਾਹੁੰਦਾ ਕਿ ਯਾਰ ਮੈਂ ਨੀ ਇੰਨਾ ਖਰਚਾ ਕਰ ਸਕਦਾ, ਉਹਦਾ ਇਲਾਜ ਕੀ ਹੈ ਫਿਰ? ਮੇਰੀ ਇਸ ਚੀਜ਼ ਦੀ ਗਰੰਟੀ ਹੈ ਜੀ, ਮੇਰੀ ਇਹ ਸ਼ੀਲਡ ਲਗਾਓ, ਕਿੰਨਾ ਵੀ ਉਸ 'ਤੇ ਸੀਲਨ ਆਵੇ, ਸਲਾਬ ਆਵੇ, ਕੋਈ ਸਮੱਸਿਆ ਨਹੀਂ, ਪੂਰਾ ਸਕਸੈਸਫੁਲ ਪ੍ਰੋਡਕਟ ਹੈ। ਆਮ ਤੌਰ 'ਤੇ ਦੇ ਕੰਪੈਰੀਜ਼ਨ 'ਚ ਲੋਕੀ ਟਾਈਲਾਂ ਲਗਾ ਦਿੰਦੇ ਆ ਜੀ, ਹਾਂ ਟਾਈਲਾਂ ਲਵਾਉਣ ਦਾ ਇੱਕ ਟ੍ਰੈਂਡ ਜਿਹਾ ਚੱਲਦਾ, ਅਗਰ ਸੀਲਨ ਸੀਪੇਜ ਆਏਗੀ ਤਾਂ ਟਾਈਲਾਂ ਨਿਕਲ ਜਾਂਦੀਆਂ। ਮੇਰੀ ਇਹ ਸ਼ੀਟ ਕਿਵੇਂ ਵੀ ਨਹੀਂ ਨਿਕਲੇਗੀ ਜੀ, ਨਹੀਂ ਨਿਕਲੂਗੀ, ਨਹੀਂ ਨਿਕਲੂਗੀ, ਪੂਰੀ ਗਰੰਟੀ ਦਿੰਦਾ, ਪੂਰੀ ਫੁੱਲ ਵੱਟਾ ਫੁੱਲ ਗਰੰਟੀ ਜੀ, ਫੁੱਲ ਗਰੰਟੀ। ਕਿੰਨੇ ਸਾਲ ਨਹੀਂ ਨਿਕਲੂ? ਮੈਂ ਕਹਿੰਦਾ ਇਹਨੂੰ ਜਦੋਂ ਮੇਰਾ ਕੋਈ ਕਸਟਮਰ ਇਹਨੂੰ ਹਾਥੀ 'ਚ ਹੀ ਫੜੇਗਾ ਨਾ, ਸ਼ੀਟ ਨੂੰ ਹਾਥੀ 'ਚ ਫੜ ਕੇ ਉਹਨੂੰ ਮਹਿਸੂਸ ਹੋਏਗਾ, ਜੇ ਆਪਾਂ ਇਹ ਸ਼ੀਟ ਨੂੰ ਦੀਵਾਰ 'ਤੇ ਲਾਤਾ ਤਾਂ 40 ਸਾਲ ਵੀ ਨਹੀਂ ਖਰਾਬ ਹੁੰਦੀ ਜੀ। 40 ਸਾਲ ਵੀ ਨਹੀਂ ਖਰਾਬ ਹੋਊਗੀ ਜੀ, ਹੱਥ 'ਚ ਫੜਨ ਨਾਲ ਹੀ ਉਹਨੇ ਫੀਲਿੰਗ ਆਊਗੀ। ਅਗਰ ਇਹਨੂੰ ਆਪਾਂ ਦੀਵਾਰ 'ਤੇ ਲਾਤਾ ਤਾਂ 40 ਸਾਲ ਵੀ ਨਹੀਂ। ਇਹਦੇ ਵਿੱਚ ਕੋਈ ਹੋਰ ਵਰਾਇਟੀ ਆ ਜਿਵੇਂ? ਬੜੀ ਸਾਰੀ ਵਰਾਇਟੀ ਆ, ਦੇਖੋ ਹਰ ਤਰ੍ਹਾਂ ਦਾ ਮਾਰਬਲ ਦਾ ਕਲਰ, ਪਲੇਨ ਕਲਰ, ਵੁਡਨ ਕਲਰ, ਹਰ ਪ੍ਰਕਾਰ ਦੀ ਵਰਾਇਟੀ ਮੇਰੇ ਕੋਲ ਮਿਲੂਗੀ, ਹਰ ਪ੍ਰਕਾਰ। ਜਿਵੇਂ ਜੇ ਆਪਾਂ ਵਾਲ ਪੇਪਰ ਦੀ ਗੱਲ ਕਰਦੇ ਹਾਂ, ਕਹਿ ਦਿੰਦੇ ਨੇ ਕਿ ਜਦ ਐਂ ਕਰਦੇ ਹਾਂ ਕੰਧ ਦੇ ਉੱਤੇ ਪੇਂਟਰ ਥੋੜੇ ਵਾਲ ਪੁੱਟੀ ਕਰਾ ਕੇ ਫੇਰ ਵਾਲ ਪੇਪਰ ਲਵਾ ਦਿੰਦੇ ਹਾਂ, ਸਹੀ ਹੈ? ਵਾਲ ਪੇਪਰ ਦੇ ਉੱਤੇ ਕਿੰਨੀ ਕੁ ਲਾਈਫ ਚੱਲਦੀ ਹੈ ਜਾਂ ਤੁਹਾਡੇ ਕੋਲ ਇਹੋ ਜਿਹੀ ਕਿਹੜੀ ਖਾਸ ਚੀਜ਼ ਆ? ਵਾਲ ਪੇਪਰ ਤਾਂ ਮੇਰੇ ਕੋਲ ਬਾਹਲਾ ਕੁਛ ਹੁੰਦਾ ਹੈ ਜੀ, ਵਾਲ ਪੇਪਰ ਦਾ, ਤੇ ਵਾਲ ਪੇਪਰ ਆਹ ਦਿਖਾਉਣਾ ਜੀ ਮੈਂ ਤੁਹਾਨੂੰ, ਆਹ ਦੇਖੋ। ਵੈਸੇ ਤਾਂ ਦੇਖੋ ਜੀ, ਵਾਲ ਪੇਪਰ ਦੇ ਬੈਕ ਸਾਈਡ ਤੋਂ ਸੀਲਨ ਤਾਂ ਨਹੀਂ ਆਉਣੀ ਚਾਹੀਦੀ, ਲੇਕਿਨ ਲੱਗਣ ਤੋਂ ਬਾਅਦ ਬੜਾ ਲਗਜ਼ਰੀ ਵਿਊ ਹੋਊਗਾ। ਕਿਤੇ ਮਰਜ਼ੀ ਤੁਸੀਂ ਮਹਿੰਗੀ ਤੋਂ ਮਹਿੰਗੀ ਬਿਲਡਿੰਗ ਦੇਖ ਲਓ, 1000 ਕਰੋੜ ਦੀ ਬਿਲਡਿੰਗ, 1500 ਕਰੋੜ ਦੀ ਬਿਲਡਿੰਗ, 2000 ਕਰੋੜ ਦੀ ਬਿਲਡਿੰਗ, ਹਰ ਪਾਸੇ ਇਹੋ ਜਿਹੇ ਵਾਲ ਪੇਪਰ ਹੀ ਲੱਗੇ ਦੇਖੋਗੇ ਜੀ। ਇਹ ਬੈਲਜੀਅਮ ਕੰਟਰੀਜ਼ ਦੇ ਵਾਲ ਪੇਪਰ ਹੈ। ਜਿਵੇਂ ਮੰਨ ਲਓ ਤੁਸੀਂ ਮੇਰਾ ਆਹ ਵਾਲ ਪੇਪਰ ਲਗਾ ਦੋਗੇ ਤਾਂ ਇਹ ਲੱਗੂਗਾ ਜਿਵੇਂ ਪੇਂਟ ਕੀਤਾ ਹੈ, ਤੇ ਲੇਕਿਨ ਅਗਰ ਪੇਂਟਰ ਨੂੰ ਖੜਾ ਕਰ ਦੋਗੇ ਨਾ ਦੀਵਾਰ ਤੇ ਪੇਂਟ ਕਰਨ ਵਾਸਤੇ, ਇਹੋ ਜਿਹੀ ਉਹਨੂੰ ਕੋ ਪੇਂਟਰ ਨੂੰ ਚਾਹੇ ਇੱਕ ਦੀਵਾਰ ਤੇ ਮਹੀਨਾ ਖੜਾ ਕਰ ਦੋ ਤਾਂ ਵੀ ਇਹੋ ਜਿਹੀ ਦੀਵਾਰ ਨਹੀਂ ਬਣਾ ਸਕਦਾ। ਪਰ ਪੇਂਟਰ ਨਾਲੋਂ ਤਾਂ ਮਹਿੰਗੀ ਪੈ ਗਈ ਹੋਊਗੀ। ਨਾ ਜੀ ਨਾ, 10 ਇਹ ਵਾਲ ਹੈਗਾ ਮੇਰਾ 900 ਰੁਪਏ ਦਾ ਰੋਲ, 900 ਰੁਪਏ ਦਾ ਰੋਲ, 10x10 ਦੇ ਰੂਮ 'ਚ ਲਗਾਓਗੇ ਤਾਂ 6 ਵਾਲ ਪੇਪਰ ਲੱਗਣਗੇ, 5400 ਰੁਪਏ ਦਾ ਮਾਲ ਸਿਰਫ,
ਵਿਕਾਸ ਜੀ ਇਹ ਜਿਹੜਾ ਤੁਸੀਂ ਰੇਟ ਦੱਸੀ ਜਾਂਦੇ ਹੋ ਐਂ ਤਾਂ ਨੀ ਲੱਗੀ ਜਾਂਦਾ ਕਿਤੇ ਪੱਲਵੀ ਨੇ ਤਾਂ ਨੀ ਦੇਈ ਜਾਂਦੇ? ਕੋਈ ਦਿੱਕਤ ਹੀ ਨਹੀਂ ਹੈ ਜਨਾਬ, ਕੋਈ ਦਿੱਕਤ ਨਹੀਂ, ਆਪਣਾ ਸਾਰਾ ਕੰਮ ਹੋਲਸੇਲ ਚ ਹੈ, ਬਲਕ ਦੇ ਵਿੱਚ ਕੰਟੇਨਰ ਆਉਂਦੇ ਆ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜੀ। ਤੇ ਆਹ ਮੈਂ ਫੋਟੋ ਦਿਖਾ ਰਿਹਾ ਜੀ, ਆਹ ਫੋਟੋ ਇਹਨੂੰ ਤੁਸੀਂ ਆਪਣੇ ਘਰ ਦੀ ਦੀਵਾਰ ਮੰਨ ਕੇ ਚੱਲੋ, ਜੇ ਮੇਰਾ ਇਹ ਵਾਲਪੇਪਰ ਲਗਾਇਆ ਨਾ ਤੁਹਾਡਾ ਘਰ ਐਵੇਂ ਬਣੇਗਾ ਜੀ, ਜੇ ਐਵੇਂ ਨਹੀਂ ਬਣੇਗਾ ਤਾਂ ਮੇਰੀ ਗਰੰਟੀ ਰਹੇਗੀ ਜੀ, ਸੇਮ ਟੂ ਸੇਮ ਇਹ ਲੁੱਕ ਆਏਗਾ ਤੁਹਾਡੇ ਘਰ ਦਾ ਲੱਗਣ ਤੋਂ ਬਾਅਦ ਜੀ। ਜੇਕਰ ਮੇਰਾ ਇਹ ਵਾਲਪੇਪਰ ਲਗਾਇਆ ਤਾਂ ਇਹਨੂੰ ਆਪਣਾ ਘਰ ਮੰਨੋ, ਇਹੀ ਲੁੱਕ ਆਉਣ ਵਾਲਾ ਹੈ, ਜਮੀ ਇਹੀ ਲੁੱਕ ਜਮਾ ਇਹ ਲੁੱਕ ਆਊਗਾ। ਇਹਦੀ ਕੋਈ ਇਹਦੀ ਫਿਰ ਵਾਲਪੇਪਰ ਦੀ ਜ਼ਿੰਦਗੀ ਕਿੰਨੀ ਲੰਬੀ ਹੁੰਦੀ ਹੈ, ਕਿੰਨੀ ਕੁ ਲਾਈਫ ਹੁੰਦੀ ਹੈ? ਅਗਰ ਜੀ ਦੇਖੋ ਦੀਵਾਰ ਤੇ ਸੀਲਨ ਨਹੀਂ ਆਊਗੀ ਤਾਂ 15 ਸਾਲ ਵੀ ਆਖੋ ਤਾਂ 15 ਸਾਲ ਵੀ ਇਹਨੂੰ ਕੁਝ ਨਹੀਂ ਹੁੰਦਾ ਜੀ। ਸਾਰੀ ਬੁੱਕ ਦਾ ਰੇਟ ਇੱਕੋ ਹੀ ਹੈ ਜੀ, ਕੋਈ ਵੀ ਵਾਲਪੇਪਰ ਲਓ ਤੇ ਮੇਰੇ ਕੋਲ ਹਰ ਰੂਮ ਦੇ, ਹਰ ਫਰਨੀਚਰ ਦੀ, ਹਰ ਥੀਮ ਦੇ ਹਿਸਾਬ ਨਾਲ ਵਾਲਪੇਪਰ ਮਿਲੇਗਾ। ਜਿਹੋ ਜਿਹਾ ਤੁਹਾਡਾ ਫਰਨੀਚਰ ਹੈ, ਟਾਈਲਾਂ ਦਾ ਕਲਰ ਹੈ, ਆਪਣੇ ਫਰਨੀਚਰ ਦੇ ਹਿਸਾਬ ਨਾਲ, ਕਟਨ ਦੇ ਹਿਸਾਬ ਨਾਲ ਜਿਹੜਾ ਮਰਜ਼ੀ ਕਲਰ ਲੈ ਸਕਦੇ ਹੋ। ਵਰਾਇਟੀ ਦੀ ਗੱਲ ਕਰੋਗੇ ਤਾਂ ਮੇਰੇ ਕੋਲ ਪੂਰੀ ਕੰਟਰੀ ਦੀ ਸਭ ਤੋਂ ਵੱਡੀ ਵਰਾਇਟੀ ਹੈ ਜੀ, ਪੂਰੇ ਦੇਸ਼ ਦੀ ਸਭ ਤੋਂ ਵੱਡੀ ਵਰਾਇਟੀ। 1 ਲੱਖ ਰੋਲ ਦਾ ਸਟੋਕ ਹੈ ਜੀ, ਜਿੰਨਾ ਮਰਜ਼ੀ ਵਾਲਪੇਪਰ ਦੇਖੀ ਜਾਓ, ਮੇਰੇ ਕੋਲ ਹੱਥ ਥੱਕ ਜਾਣਗੇ, ਵਾਲਪੇਪਰ ਨਹੀਂ ਖਤਮ ਹੋਏਗਾ ਜੀ। ਇੰਨਾ ਵਾਲਪੇਪਰ, ਐਡੇ ਵਾਲਪੇਪਰ ਦੀ ਸਟੋਕ ਹੈ ਜੀ, ਤੇ ਐਡੀ ਵਰਾਇਟੀ ਆ। ਬਹੁਤ ਲੋਕੀ ਐਂ ਵੀ ਕਰਦੇ ਆ, ਇੱਕ ਦੀਵਾਰ ਤੇ ਆਹ ਵਾਲਪੇਪਰ ਲਾਤਾ ਤੇ 3 ਦੀਵਾਰਾਂ ਤੇ ਇਸ ਨਾਲ ਦਾ ਕੋਈ ਵੀ ਮੈਚਿੰਗ ਵਾਲਪੇਪਰ ਲਗਾਤਾ ਜੀ। ਕੋਈ ਵੀ ਕਲਰ ਚੂਜ਼ ਕਰਕੇ ਨਾਲ ਲਗਾ ਦਿਓ, 1 ਵਾਲ ਹਾਈਲਾਈਟ ਹੋ ਗਈ ਤੇ ਬਾਕੀ ਇਹ ਪਲੇਨ ਵਾਲਸ ਲੱਗਣਗੀਆਂ, ਜਿਵੇਂ ਕਿ ਤੁਸੀਂ ਪੇਂਟ ਕਰ ਰੱਖਿਆ ਦੀਵਾਰ। ਕਈ ਵਾਰ ਕੋਈ ਮੇਰੇ ਵਰਗਾ ਅਣਜਾਣ ਆ ਜਾਂਦਾ, ਉਹਨੂੰ ਨਹੀਂ ਸਮਝ ਲੱਗਦਾ, ਫਿਰ ਪੂਰਾ ਤੁਸੀਂ ਗਾਈਡ ਕਰਦੇ ਹੋ? ਪੂਰਾ ਗਾਈਡ ਕਰਾਂਗੇ ਜੀ, ਪੂਰਾ ਗਾਈਡ ਕਰਾਂਗੇ ਤੇ ਪੂਰਾ ਸਮਝਾਵਾਂਗੇ ਤੇ ਸਾਰੀ ਗਾਈਡੈਂਸ ਮਿਲੂਗੀ ਵੀ ਕਿਵੇਂ ਕੀਤਾ ਜਾਵੇ ਤੇ ਕਿਵੇਂ ਤੁਹਾਡਾ ਘਰ ਬਹੁਤ ਹੀ ਬਿਹਤਰੀਨ ਲੱਗੇਗਾ ਜੀ। ਇਹ ਬੈਲਜੀਅਮ ਕੰਟਰੀਜ਼ ਦੇ ਵਾਲਪੇਪਰ ਹੈ, ਅੱਗੇ ਹੋਰ ਦਿਖਾਉਣਾ, ਆਹ ਦੇਖੋ ਵਰਾਇਟੀ ਹੀ ਵਰਾਇਟੀ ਹੈ ਜੀ, ਐਂਡਲੈਸ ਵਰਾਇਟੀ। ਉਹੀ ਕਹਿ ਲਦਾ ਨਿਚੋੜੇ ਨਾ, ਹੱਥ ਥੱਕਣਗੇ, ਵਾਲਪੇਪਰ ਨਹੀਂ ਖਤਮ ਹੋਊਗਾ ਜੀ। 1 ਤੋਂ 1 ਮਾਲ ਆਹ ਲਗਾਇਆ ਤਾਂ ਇਹਨੂੰ ਆਪਣੇ ਘਰ ਦੀ ਦੀਵਾਰ ਮੰਨ ਕੇ ਚੱਲੋ, ਇਹੋ ਜਿਹਾ ਲੁੱਕ ਆਊਗਾ। ਆਹ ਦੇਖੋ ਜਿਵੇਂ ਇੰਬੋਸਿੰਗ ਹੈ, ਸ਼ਾਈਨ ਹੈ, 1 ਤੋਂ 1 ਸੁੰਦਰ ਤੋਂ ਸੁੰਦਰ ਮਾਲ ਜੀ। ਜਿੰਨਾ ਮਰਜ਼ੀ ਦੇਖੀ ਜਾਓ ਜੀ ਵਾਲਪੇਪਰ, ਹਰ ਪ੍ਰਕਾਰ ਦਾ ਵਾਲਪੇਪਰ, ਸਾਰੇ PVC ਕੋਟਿਡ ਵਾਲਪੇਪਰ ਹੈ। ਗਿੱਲਾ ਕੱਪੜਾ ਮਾਰੋ, ਪਾਣੀ ਨਾਲ ਵਾਸ਼ ਕਰੋ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ, ਕੋਈ ਦਿੱਕਤ ਨਹੀਂ। ਆਹ ਦੇਖੋ ਆਹ ਵਾਲਪੇਪਰ ਦੇਖੋ, ਜਿਹੜੇ ਅਸੀਂ ਗਲੀਟਰ ਜਿਹੜੇ ਹੈਗੇ ਆ, ਗਲੀਟਰ ਨਾਲ ਜਵੈਲਰੀ ਜਿਹੜੀ ਆ ਉਹ ਗਲੀਟਰਸ ਨਾਲ ਬਣੀ ਹੋਈ ਹੈ ਜੀ, ਅਤੇ ਇਹ ਗਲੀਟਰ ਦੀ ਗਰੰਟੀ ਹੈ, ਜੀਵਨ ਭਰ 'ਚ ਕਦੇ ਨਹੀਂ ਨਿਕਲਣਗੇ ਜੀ। ਜਿਵੇਂ ਆਹ ਡੋਟਸ ਡਿਜ਼ਾਈਨ ਪੂਰਾ, ਮੈਂ ਕਹੂੰਗਾ ਕੈਮਰਾਮੈਨ ਭਰਾ ਨੂੰ ਕਹੋਗੇ, ਆਹ ਜਿਹੜੇ ਡੋਟਸ ਨੇ ਸਾਰੇ ਕਹਿੰਦੇ ਹੋ ਕਿ ਜਦੋਂ ਤੱਕ ਵਾਲਪੇਪਰ ਹੈਗਾ ਉਦੋਂ ਤੱਕ ਨਹੀਂ, ਉਦੋਂ ਤੱਕ ਨਹੀਂ ਨਿਕਲਣਗੇ, ਹਮੇਸ਼ਾ ਐਵੇਂ ਰਹੂਗਾ ਜੀ ਜਿਵੇਂ ਅੱਜ ਦੇਖ ਲਓ। ਤੇ ਲੱਗਣ ਤੋਂ ਬਾਅਦ ਜਿਹੜੇ ਇਹਦੇ ਸ਼ਾਈਨ ਆਊਗੀ ਜੀ, ਫਿਨਿਸ਼ਿੰਗ ਆਊਗੀ, ਉਸਦਾ ਕੋਈ ਮੁਕਾਬਲਾ ਹੀ, ਉਹਦਾ ਕੋਈ ਮੁਕਾਬਲਾ ਹੀ ਨਹੀਂ ਹੈ ਜੀ। ਬਾਈ ਹੁਣ ਤੁਸੀਂ ਗੱਲ ਕੀਤੀ ਕਿ ਸੀਲਨ ਨਾ ਆਵੇ, ਹੁਣ ਜੇ ਸੀਲਨ ਆ ਰਹੀ ਆ ਕਿਸੇ ਦੀ, ਸਹੀ, ਉਹਨੇ ਵੀ ਆਪਣੇ ਚਾਹ ਪੂਰੇ ਕਰਨੇ ਆ, ਉਹ ਵੀ ਚਾਹੁੰਦਾ ਹੈ ਕਿ ਭਾਈ ਮੈਂ ਵੀ ਆਪਣੇ ਚਾਹ ਪੂਰੇ ਕਰਾਂ, ਉਹਦਾ ਵੀ ਤੁਹਾਨੂੰ ਮੈਂ ਸਾਰਾ ਹੱਲ ਕਰਾਂਗਾ। ਬਾਕੀ ਇਹਦੇ ਨਾਲ ਦੀ ਇਸ ਵਾਲਪੇਪਰ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਆਹ 2 ਬੁੱਕਾਂ ਦਿਖਾਈਆਂ, ਹੋਰ ਵੀ ਬੜੇ ਆ ਬੁੱਕਾਂ ਹੈਗੀਆਂ, ਇਸ ਰੇਟ ਦੇ ਵਿੱਚ ਬਥੇਰਾ ਸਾਰਾ ਮਾਲ ਹੈ, ਬਥੇਰਾ ਮਾਲ ਹੈ, ਬਥੇਰਾ ਮਾਲ ਹੈ। ਫਿਰ ਇਸ ਤੋਂ ਵੀ ਮੈਂ ਤੁਹਾਨੂੰ ਹੁਣ 1 ਸਟੈਪ ਉੱਪਰ ਹੋਰ ਲੈ ਕੇ ਚੱਲਦਾ, ਇਟਲੀ ਕੰਟਰੀ ਦਾ ਵਾਲਪੇਪਰ ਲਾਓ ਜੀ। ਇਟਲੀ ਕੰਟਰੀ ਦਾ ਲੈਗਾ, ਇਹ ਕੰਟਰੀਆਂ ਹੁਣ ਹਾਂ ਗਾਹ ਤੋਂ ਗਾਹ ਯੂਰਪ ਚਲੇ ਗਏ ਆਪਾਂ। ਮੈਂ ਤੁਹਾਨੂੰ ਇਟਲੀ ਕੰਟਰੀ ਦਾ ਵਾਲਪੇਪਰ ਦਿਖਾਊਂਗਾ ਜੀ, ਪੂਰਾ ਵਧੀਆ ਵਾਲਪੇਪਰ। ਲਓ ਜੀ, ਇਟਲੀ ਕੰਟਰੀ ਦਾ ਵਾਲਪੇਪਰ ਆਉਣ ਲੱਗਿਆ ਆ,
ਆਪਾਂ ਚਾਹੁੰਦੇ ਹੁੰਦੇ ਹਾਂ ਕਿ ਬਈ ਸਾਨੂੰ ਜਦੋਂ ਘਰੇ ਆਣ ਕੇ ਜਿਵੇਂ ਉਹ ਗੱਲਾਂ ਕਰਦੇ ਹੁੰਦੇ ਨੇ ਕਿ ਆ ਮੈਂ ਪੇਂਟਿੰਗ ਫਲਾਣੀ ਕੰਟਰੀ ਚ ਗਿਆ ਸੀ। ਦੇਖੋ ਜੀ ਇਕੱਲੇ ਗੱਲਾਂ ਨਹੀਂ ਹੈ ਜੀ, ਉੱਪਰ ਦੇਖੋ ਇਟਲੀ ਲਿਖਿਆ ਪਿਆ, ਇਟਲੀ ਦੇਸ਼ ਦਾ। ਅੱਛਾ ਇਟਲੀ ਤੋਂ ਆਇਆ ਲੋ ਜੀ, ਯੂਰਪ ਚਲੇ ਗਏ ਆਪਾਂ। ਇਟਲੀ ਕੰਟਰੀ ਦਾ ਵਾਲਪੇਪਰ, ਅਗਰ ਆ ਵਾਲਪੇਪਰ ਲਗਾਇਆ ਤਾਂ ਤੁਹਾਡੀ ਦੀਵਾਰ ਐ ਬਣੂਗੀ ਜੀ। ਇਹ ਮੇਰਾ ਇੰਨਾ ਸੋਹਣਾ ਵਾਲਪੇਪਰ ਹੈ, ਜਿੰਨੇ ਵਾਲਪੇਪਰ ਨਹੀਂ ਵੀ ਲਵਾਉਣਾ ਨਾ, ਅਗਰ ਮੇਰੀ ਇਹ ਬੁੱਕ ਦੇਖ ਲੇਗਾ, ਮੇਰਾ ਇਹ ਮਟੀਰੀਅਲ ਦੇਖ ਲੇਗਾ ਤਾਂ ਉਹਦਾ ਮਨ ਬਣ ਜਾਏਗਾ ਵੀ ਮੈਂ ਇਹ ਵਾਲਾ ਵਾਲਪੇਪਰ ਲਵਾਵਾਂ। ਇੱਕ ਤੋਂ ਇੱਕ ਹਾਈਲਾਈਟਰ, ਸੁੰਦਰ ਤੋਂ ਸੁੰਦਰ ਵਾਲਪੇਪਰ ਜੀ। ਹੁਣ ਬਈ ਫਿਰ ਗੱਲ ਉਹ ਆ ਜਾਂਦੀ ਆ ਕਿ ਹੁਣ ਕਹਿੰਦੇ ਕਿ ਤੁਸੀਂ ਇਟਲੀ ਦੀਆਂ ਗੱਲਾਂ ਕਰਦੇ ਹੋ, ਫਿਰ ਪੈਸੇ ਵੀ ਫਿਰ ਕਹਿੰਦੇ ਯੋ ਯੋ ਨਾ ਜੀ ਨਾ, ਕੋਈ ਲੈਣੇ ਨੇ ਕੋਈ ਖਾਸ ਫਰਕ ਨਹੀਂ ਜੀ, ਪਹਿਲੇ ਨਾਲੋਂ ਸਿਰਫ 200 ਰੁਪਏ ਮਹਿੰਗਾ ਜੀ। ਉਹ ਸੀਗਾ ਵਾਲਪੇਪਰ ਤਾਂ ਮੰਨ ਲਓ ਜੋ ਕਿਤੇ 900 ਰੁਪਏ ਦਾ, 1100 ਰੁਪਏ ਦਾ, 10x10 ਦੇ ਰੂਮ ਦੀਆਂ। ਅੱਛਾ 1100 ਰੁਪਏ ਦਾ, ਉਹ 900 ਰੁਪਏ ਦਾ, 900 ਰੁਪਏ ਦਾ 10x10 ਦੇ ਰੂਮ ਦੀਆਂ ਚਾਰੇ ਕੰਧਾਂ ਕਵਰ ਕਰ ਲੋਗੇ ਤਾਂ 6600 ਰੁਪਏ ਦਾ ਮਾਲ ਜੀ, 6600 ਰੁਪਏ ਦਾ, 6600 ਰੁਪਏ ਕਮਰਾ ਤਿਆਰ, ਕਮਰਾ ਤਿਆਰ। ਤੇ ਜਿਵੇਂ ਮੈਂ ਤੁਹਾਨੂੰ ਦਿਖਾਇਆ ਇਹ ਤੁਹਾਡਾ ਕਮਰਾ ਬਣ ਜੂਗਾ ਜੀ, ਆਹ ਦੇਖੋ। ਅਰੇ ਵਾਹ, ਆਹ ਦੇਖ ਲਓ, ਐਵੇਂ ਕੋਈ ਜੋੜ ਜੂੜ ਕੁਛ ਨਜ਼ਰ ਨਹੀਂ ਆਊਗਾ, ਐਵੇਂ ਤੁਹਾਡਾ ਰੂਮ ਬਣਨ ਦੀ ਮੇਰੀ ਗਰੰਟੀ ਰਹੇਗੀ। ਅਗਰ ਇਹ ਵਾਲਪੇਪਰ ਲਗਾਇਆ ਤਾਂ ਤੁਹਾਡਾ ਰੂਮ ਬਿਲਕੁਲ ਐਵੇਂ ਬਣੇਗਾ ਜੀ। ਇਹ ਵਾਲਪੇਪਰ ਦੀ ਥਿਕਨੈਸ ਵੀ ਬਹੁਤ ਸੋਹਣੀ ਹੈ, ਬਹੁਤ ਵਧੀਆ ਥਿਕਨੈਸ, ਪੀਵੀਸੀ ਕੋਟਿਡ, ਗਿੱਲਾ ਕੱਪੜਾ ਮਾਰੋ ਕਲੀਨ, ਵੈਰਾਈਟੀ ਜਿੰਨੀ ਮਰਜ਼ੀ ਦੇਖੀ ਜਾਓ ਖਤਮ ਹੀ ਨਹੀਂ ਹੋਊਗਾ, ਐਂਡਲੈਸ ਮਾਲ, ਜਿੰਨਾ ਮਰਜ਼ੀ ਦੇਖੋ, ਸਾਰਾ ਦਾ ਸਾਰਾ ਸਟੋਕ ਅਵੇਲੇਬਲ, ਜਿਹੋ ਜਿਹਾ ਮਰਜ਼ੀ ਡਿਜ਼ਾਈਨ ਲੈ ਲਓ ਜੀ, ਇੱਕ ਤੋਂ ਇੱਕ ਮਾਲ ਹੈ ਜੀ। ਬਈ ਡਿਜ਼ਾਈਨ ਬਹੁਤ ਸੋਹਣੇ ਨੇ, ਤੁਸੀਂ ਆਪ ਜਾ ਕੇ ਸਿਲੈਕਟ ਕਰ ਦੇਣਾ ਕਿ ਯਾਰ ਆਹ ਚੀਜ਼ ਚਾਹੀਦੀ। ਸਾਰਾ ਕੁਝ ਸੈਟਅਪ ਹੋ ਚੁੱਕਾ ਹੈ ਜੀ, ਕੋਈ ਦਿੱਕਤ ਵਾਲੀ ਗੱਲ ਨਹੀਂ। ਹੁਣ ਮੇਰਾ ਆਹ ਵਾਲਪੇਪਰ ਦੀ ਫਿਨਿਸ਼ਿੰਗ ਤੇ ਸ਼ਾਈਨ ਦੇਖੋ ਕਿੱਡਾ ਸੁੰਦਰ ਹੈ ਜੀ। ਇਹ ਤਾਂ ਲਾਈਟਾਂ 'ਚ ਵੀ ਬਹੁਤ ਚਮਕਦਾ ਹੈ, ਤਾਂ ਲੱਗਦਾ ਆਪ ਹੀ ਲਾਈਟਾਂ ਮਾਰਦਾ ਹੀ, ਆਪ ਹੀ ਲਾਈਟ। ਕਿਸੇ ਦਾ ਅਗਰ ਕਿਸੇ ਦਾ ਰੂਮ ਦੀ ਵਾਈਟ ਜਾਂ ਗ੍ਰੇ ਟੋਨ ਹੈ ਤਾਂ ਆਹ ਵਾਲਪੇਪਰ ਲਗਾਓ, ਕਿਸੇ ਦੀ ਬਰਾਊਨ ਜਾਂ ਕਰੀਮ ਲਗਾਇਆ, ਕਰੀਮ ਦੀ ਟੋਨ ਹੈ ਤਾਂ ਆਹ ਵਾਲਪੇਪਰ ਲਗਾਓ, ਆਹ ਵਾਲਪੇਪਰ ਲਾਈਏ। ਇੱਕ ਤੋਂ ਇੱਕ ਮਾਲ ਹੈ ਜੀ, ਜਿਹੋ ਜਿਹਾ ਮਰਜ਼ੀ ਆਹ ਰੂਮ ਬਸਾਵੇ ਆ, ਰੋਇਲ ਲੁੱਕ ਦਿੰਦੇ ਨੇ ਆਹ ਵਾਲਪੇਪਰ ਤੇ, ਆਹ ਵਾਲਪੇਪਰ ਵਾਲੇ ਪੂਰਾ ਰੋਇਲ, ਪੂਰਾ ਰੋਇਲ, ਰੋਇਲ ਤੋਂ ਰੋਇਲ ਲੁੱਕ ਵਾਲਾ ਮਾਲ ਹੋਊਗਾ ਜੀ, ਇੱਕ ਤੋਂ ਇੱਕ ਬਿਹਤਰੀਨ ਤੋਂ ਬਿਹਤਰੀਨ। ਹੁਣ ਮੈਂ ਤੁਹਾਨੂੰ ਇਸ ਤੋਂ ਵੀ ਇੱਕ ਸਟੈਪ ਉੱਪਰ ਲੈ ਕੇ ਚੱਲਦਾ ਜੀ, ਇਸ ਤੋਂ ਵੀ ਬਿਹਤਰ, ਯਾਨੀ ਇਹ ਤੋਂ ਵੀ ਉੱਪਰ ਆਉਂਦੀ ਹੈ ਗੱਲ ਵੀ ਉੱਪਰ ਮੈਂ ਦਿਖਾਣਾ, ਜਿਹੜਾ ਅੱਜ ਤੱਕ ਕਿਸੇ ਨੇ ਦੇਖਿਆ ਨਹੀਂ, ਕਿਸੇ ਕੋਲ ਮਾਲ ਨਹੀਂ, ਕਿਸੇ ਨੂੰ ਪਤਾ ਨਹੀਂ ਇਹੋ ਜਿਹਾ ਵਾਲਪੇਪਰ ਆਉਂਦਾ ਜੀ। ਲਿਆਓ ਜੀ 100 mm ਦਾ ਵਾਲਪੇਪਰ ਲਿਆਓ। ਕਿੰਨੇ mm ਦਾ? ਸਭ ਨੋਰਮਲ ਵਾਲਪੇਪਰ ਤੋਂ 6 ਗੁਣਾ ਮੋਟਾ, ਯਾਨੀ ਨੋਰਮਲ ਵਾਲਪੇਪਰ ਤੋਂ 6 ਗੁਣਾ ਮੋਟਾ, 125 mm ਦਾ ਵਾਲਪੇਪਰ, 1.25 mm ਥਿਕਨੈਸ। ਇਹ ਵਾਲਪੇਪਰ ਹੋ ਗਏ, ਕੰਧੇ ਹੋ ਗਈ, ਦੇਖੋ ਜੀ 125 mm ਮੋਟਾ ਵਾਲਪੇਪਰ ਜੀ, 1.25 mm ਥਿਕਨੈਸ। ਅੱਛਾ ਬਿਲਕੁਲ ਜੀ, ਇਹਦੀ ਕੀ ਖਾਸੀਅਤ ਹੈ ਇੰਨਾ ਮੋਟਾ ਆ ਇਹ? ਇਹਦੇ ਬੈਕ ਸਾਈਡ ਤੋਂ ਜਸਟ ਐਵੇਂ ਪੇਪਰ ਰਿਲੀਜ਼ ਕਰਨਾ ਹੈ ਤੇ ਕਿਸੇ ਵੀ ਦੀਵਾਰ ਦੇ ਉੱਤੇ ਪੇਸਟ ਕਰ ਦਿਓ ਜੀ ਇਹਨੂੰ ਜੀ, ਕਿਸੇ ਵੀ ਦੀਵਾਰ ਦੇ ਉੱਤੇ। ਮਤਲਬ ਜਿਹਨੇ ਲਪਾਈ ਕਰਾ ਕੇ ਹਾਲੇ ਵਾਲ ਬੂਟੀ ਨਹੀਂ ਫਰਵਾਈ, ਵਾਲ ਪਲਸਤਰ ਦੀਆਂ ਦੀਵਾਰਾਂ ਤੇ ਵੀ ਲੱਗੇਗਾ। ਦੇਖੋ ਐਵੇਂ ਪੇਪਰ ਪਟਣਾ ਤੇ ਦੀਵਾਰ ਤੇ ਪੇਸਟ ਕਰ ਦੇਣਾ। ਬੈਕ ਸਾਈਡ ਤੇ ਅਲਮੀਨੀਅਮ ਹੈ ਜੀ, ਅਲਮੀਨੀਅਮ ਹੈ, ਹਾਂ ਅਲਮੀਨੀਅਮ ਹੈ, ਸੀਲਨ ਨੂੰ ਬਾਹਰ ਜਾਣ ਹੀ ਨਹੀਂ ਦੇਗਾ ਬਿਨਾਂ ਵਾਲ। ਆਮ ਨੋਰਮਲ ਵਾਲਪੇਪਰ ਤਾਂ ਕਹਿੰਦੇ ਨਾ ਵਾਲ ਪੁੱਟੀ ਤੇ ਲੱਗਦਾ ਹੈ ਜੀ, ਤੇ ਇਹ ਬਿਨਾਂ ਵਾਲ ਪੁੱਟੀ ਤੋਂ ਪਲਸਤਰ ਦੀ ਦੀਵਾਰਾਂ ਤੇ ਵੀ ਲੱਗ ਜੂਗਾ ਜੀ, ਦੀਵਾਰਾਂ ਤੇ ਵੀ ਲੱਗ ਜੂਗਾ। ਦੀਵਾਰਾਂ ਤੇ ਕਿੰਨੀ ਵੀ ਸੀਲਨ ਹੋਵੇ, ਸੀਪੇਜ ਹੋਵੇ ਤਾਂ ਵੀ ਕੋਈ ਸਮੱਸਿਆ ਨਹੀਂ, ਸੀਲਨ ਸੀਪੇਜ ਵਾਲੀ ਜਗ੍ਹਾ ਤੇ ਤਾਂ ਵਾਲਪੇਪਰ ਖੜਦਾ ਨਹੀਂ, ਇਹ ਸੀਲਨ ਸੀਪੇਜ ਵਾਲੀ ਜਗ੍ਹਾ ਤੇ ਵੀ ਲੱਗੂਗਾ ਜੀ, ਕੋਈ ਗੱਲੀ ਨਹੀਂ, ਕੋਈ ਦਿੱਕਤ ਹੀ ਨਹੀਂ। 125 mm ਦਾ ਵਾਲਪੇਪਰ, ਪੂਰੀ ਕੰਟਰੀ ਦੇ ਵਿੱਚ ਕਿਸੇ ਕੋਲ ਨਹੀਂ ਇਹੋ ਜਿਹਾ ਮਾਲ ਵਾਲਪੇਪਰ। ਹੁਣ ਜੇ ਪੂਰੀ ਕੰਟਰੀ ਦੇ ਵਿੱਚ ਕਹਿੰਦੇ ਜਿਹਦੇ ਕੋਈ ਯੂਨੀਕ ਚੀਜ਼ ਹੋਵੇ ਉਹਦਾ ਰੇਟ ਵੀ ਫਿਰ ਵੱਧ ਹੁੰਦਾ। ਆਪਣਾ ਹੋਲਸੇਲ ਦਾ ਕੰਮ ਹੈ ਜੀ, ਆਪਣੇ ਕੋਲ ਕੋਈ ਜ਼ਿਆਦਾ ਪੈਸੇ ਨਹੀਂ ਲੱਗਣਗੇ ਕਿਸੇ ਵੀ ਚੀਜ਼ ਤੇ। ਇੰਟੀਰੀਅਰ ਐਕਸਟੀਰੀਅਰ ਤਾਂ ਐਂ ਸਮਝੋ ਜੀ, ਮੈਂ ਤੁਹਾਡੇ ਕੋਲ, ਮੇਰੇ ਕੋਲ ਜਿਹੜਾ ਮਾਲ ਹੋਊਗਾ ਨਾ ਲਗਭਗ ਫ੍ਰੀ ਆਫ ਕੋਸਟ ਵਾਂਗੂ ਪੈਂਦਾ ਜੀ। ਲੈ ਜੀ ਫਿਰ ਰੇਟ ਵੀ ਦੱਸੇ ਦਿਓ ਹੁਣ ਜੀ, ਦਰਸ਼ਕ ਦੇਖ ਰਹੇ ਨੇ। ਰੇਟ ਇਹਦਾ ਮਿਲੂਗਾ ਜੀ ਮਾਤਰ 30 rupees ਸਕੁਅਰ ਫੁੱਟ ਜੀ, ਯਾਨੀ ਕਿ ਮੋਟਾ ਮੋਟੀ ਸਮਝੋ ਇੱਕ ਵਾਲਪੇਪਰ ਦਾ ਰੋਲ ਹੋ ਗਿਆ 2500 rupees ਦਾ ਰੋਲ ਹੈ, ਤੇ 30 rupees ਸਕੁਅਰ ਫੁੱਟ ਦੇ ਲਗਭਗ ਪੈਂਦਾ ਜੀ। ਬਾਈ ਜੀ
ਇਹ ਇੰਨਾ ਸਸਤਾ ਦੇਈ ਜਾਂਦੇ ਹੋ ਤੁਸੀਂ ਸਮਾਨ, ਮੇਰਾ ਤਾਂ ਦਿਮਾਗ ਖਰਾਬ ਹੋ ਜਾਂਦਾ। ਸਹੀ ਉਹੀ ਗੱਲ ਹੈ, ਇੰਟੀਰੀਅਰ ਐਕਸਟੀਰੀਅਰ ਤੇ ਪੈਸੇ ਤਾਂ ਕੁਝ ਲੱਗਦੇ ਹੀ ਨਹੀਂ ਹੈ ਜੀ। ਬੰਦੇ ਨੂੰ ਸਹੀ ਪਤਾ ਹੋਵੇ ਵੀ ਮਟੀਰੀਅਲ ਮਿਲਦਾ ਕਿੱਥੋਂ, ਮਿਲਣਾ ਕਿੱਥੋਂ ਹੈ, ਮਿਲਣਾ ਕਿੱਥੋਂ ਹੈ ਤੇ ਕਿਹੜੀ ਜਗ੍ਹਾ ਤੋਂ ਲੈਣਾ। ਪੈਸੇ ਬੂਹੇ ਕੁਝ ਲੱਗਦੇ ਨਹੀਂ ਜੀ ਇੰਟੀਰੀਅਰ ਤੇ। ਹੁਣ ਮੈਂ ਖੰਨੇ ਤੋਂ ਆ ਤਾਂ ਮੈਂ, ਮੇਰਾ ਮਨ ਹੁੰਦਾ ਕਿ ਚੱਲ ਮੈਨੂੰ ਸਸਤਾ ਮਿਲੂਗਾ ਤਾਂ ਮੈਂ ਲੁਧਿਆਣੇ ਜਾਵਾਂ, ਤੇ ਅੱਜ ਮੈਂ ਬਠਿੰਡੇ 'ਚ ਬੈਠਾ। ਮੇਰੇ ਕੋਲ ਯੂਨੀਕ ਤੋਂ ਯੂਨੀਕ ਮਿਲੂਗਾ ਜੀ, ਜਿਹੜਾ ਪੂਰਾ ਤੁਹਾਨੂੰ ਦੱਸਿਆ। ਤੁਸੀਂ ਕਿਤੇ ਮਰਜ਼ੀ ਲੁਧਿਆਣੇ ਚੁਣੇ, ਕਿਤੇ ਮਰਜ਼ੀ ਦੇਖ ਲਓ ਜੀ, ਇਹੋ ਜਿਹੇ ਵਾਲਪੇਪਰਸ ਕਿਤੇ ਵੀ ਨਹੀਂ ਦੇਖੋਗੇ ਜੀ। ਇਹ ਮੇਰੇ ਕੋਲ ਯੂਨੀਕ ਵਾਲਪੇਪਰ ਹੈ ਜੀ, 100 mm ਮੋਟਾ ਵਾਲਪੇਪਰ। ਬਾਈ ਬਾਈ ਇੱਕ ਚੀਜ਼ ਗੱਲ ਦੱਸੋ, ਹੁਣ ਮੰਨ ਲਓ ਕਿਸੇ ਦੀ ਦੀਵਾਰ ਦੇ ਉੱਤੇ ਕੋਈ ਦਰਸ਼ਕ ਦੇਖ ਰਿਹਾ, ਉਹਦੀ ਹੈਗੀ ਆ ਸਲਾਬ ਹੈਗੀ ਆ, ਸਹੀ ਹੈ ਜੀ, ਰਿਸਦੀ ਆ ਦੀਵਾਰ, ਜੇ ਉਹ ਉਹਨੂੰ ਸਾਫ਼ ਕਰਾ ਕੇ ਇੱਕ ਵਾਰ ਫਿਰ ਇਹ ਲਵਾ ਲਾ ਦੇਵੇ, ਕੋਈ ਪ੍ਰਵਾਹ, ਕੋਈ ਪ੍ਰੋਬਲਮ ਨਹੀਂ ਜੀ, ਕੋਈ ਪ੍ਰੋਬਲਮ ਨਹੀਂ। ਨਾਲੇ ਪੈਸੇ ਵੀ ਕੁਛ ਲੱਗਣਗੇ ਨਹੀਂ। ਅਗਰ ਮੇਰਾ ਵਾਲਪੇਪਰ ਹੈ 2500 ਦਾ ਰੋਲ, ਅਗਰ 10x10 ਦੇ ਰੂਮ ਦੀਆਂ ਚਾਰੋਂ ਕੰਧਾਂ ਕਵਰ ਕਰੋਗੇ ਤਾਂ ਮਾਤਰ 10,000 ਰੁਪਏ ਤੁਹਾਡੀਆਂ ਚਾਰੋਂ ਕੰਧਾਂ ਕਵਰ ਜੀ। 10,000 ਦੇ ਵਿੱਚ 10x10 ਦਾ ਰੂਮ ਤਿਆਰ ਜੀ। ਇਸ ਨਾਲ ਇਹਦੇ ਵਿੱਚ ਵੈਰਾਈਟੀ ਵੀ ਬਹੁਤ ਹੋਊਗੀ, ਵੈਰਾਈਟੀ ਆ ਦੇਖੋ ਜੀ, ਆ 6 ਡਿਜ਼ਾਈਨ ਇਸ ਦੇ ਵਿੱਚ ਅਵੇਲੇਬਲ ਹੈ। ਅੱਛਾ, ਆ 6 ਡਿਜ਼ਾਈਨ ਪਏ ਨੇ, ਆ ਦੇਖ ਲਓ, 6 ਡਿਜ਼ਾਈਨ ਇਸ ਚ ਅਵੇਲੇਬਲ ਹੈ, ਤੁਸੀਂ ਦੇਖ ਸਕਦੇ ਹੋ। ਆ ਲੱਗਣ ਤੋਂ ਬਾਅਦ ਇਹ ਵੀ ਫੀਲ ਹੋਊਗਾ, ਇਹ ਡੀਪ ਡੀਪ ਟੈਕਸਚਰ ਹੈ। ਇਹ ਡੀਪ ਟੈਕਸਚਰ ਕਿਸ ਚੀਜ਼ ਨਾਲ ਬਣਿਆ, ਇਹਨੂੰ ਕੋਈ ਵਾਲਪੇਪਰ ਨਹੀਂ ਕਹਿ ਸਕੂਗਾ ਵੀ ਵਾਲਪੇਪਰ ਲੱਗਿਆ। ਇਹਨੂੰ ਭੇਜੇ ਸਾਫ ਸਾਫ ਗਿੱਲਾ ਕੱਪੜਾ ਮਾਰੋ, ਪਾਣੀ ਨਾਲ ਸਾਫ ਕਰੋ, ਪਾਣੀ ਦੀ ਟਿਊਬ ਨਾਲ ਧੋ ਦੋ, ਤਾਂ ਵੀ ਕੋਈ ਦਿੱਕਤ ਨਹੀਂ ਜੀ। ਇਹ ਕਈ ਵਾਰ ਕਿਸੇ ਦੇ ਘਰੇ ਨਿਆਣੇ ਹੁੰਦੇ ਨੇ, ਉਹਨਾਂ ਨੇ ਫਿਰ ਆਪਣੇ ਘੂ ਘਾਂਗੜੇ ਜੇ ਬਣਾਉਣੇ ਹੁੰਦੇ ਨੇ, ਲਾ ਨਹੀਂ ਹੁੰਦਾ। ਵਾਸ਼ੇਬਲ ਵੂਸ਼ੇਬਲ ਸਭ ਕੁਝ ਹੈ ਜੀ, ਈਜ਼ੀਲੀ ਵਾਸ਼ੇਬਲ, ਈਜ਼ੀਲੀ ਕਲੀਨ, ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੀ ਨਹੀਂ ਜੀ ਇਹਨੂੰ। ਲਓ ਜੀ ਦੇਖੋ, ਕਹਿੰਦੇ ਇਨਸਾਨ ਇੱਕ ਵਾਰ ਜੰਮਦਾ ਤੇ ਬਹੁਤੇ ਇਨਸਾਨ ਮੇਰੇ ਵਰਗੇ ਤਾਂ ਹੁੰਦੇ ਨੇ, ਘਰ ਵੀ ਇੱਕ ਵਾਰ ਜ਼ਿੰਦਗੀ ਦੇ ਵਿੱਚ ਬਣਾਉਂਦੇ ਨੇ। ਹਰੇਕ ਕੋਈ ਚਾਹੁੰਦਾ ਹੁੰਦਾ ਕਿ ਮੈਂ ਆਪਣੇ ਘਰ ਨੂੰ ਸੋਹਣਾ ਬਣਾਵਾਂ, ਕਿ ਕੋਈ ਬਾਹਰੋਂ ਕੋਈ ਮੇਰੇ ਦੋਸਤ ਰਿਸ਼ਤੇਦਾਰ ਮਿੱਤਰ ਆਵੇ ਤਾਂ ਉਹ ਕਹੇ ਕਿ ਯਾਰ ਤੇਰੇ ਘਰੇ ਆਏ ਸੀ ਉਹ, ਤੂੰ ਫਲਾਣੀ ਜਗ੍ਹਾ 'ਤੇ ਕਿਹੜੀ ਚੀਜ਼ ਕਿੱਥੋਂ ਲੈ ਕੇ ਆਇਆ ਸੀ। ਮੈਂ ਕਹਿੰਦਾ ਜੇ ਯੂਨੀਕ ਚੀਜ਼ ਲੈਣੀ ਆ ਤਾਂ ਵਿਕਾਸ ਟ੍ਰੇਡਿੰਗ ਕੰਪਨੀ ਕੋਲ ਤੁਸੀਂ ਬਠਿੰਡੇ ਦੇ ਵਿੱਚ ਪਹੁੰਚੋ। ਬਾਈ ਨੇ ਬਹੁਤ ਸੋਹਣਾ ਕੰਮ ਕੀਤਾ ਬਾਈ, ਹੋਰ ਕੀ ਆਪਾਂ ਦਿਖਾ ਸਕਦੇ ਹਾਂ। ਆਹ ਦੇਖੋ ਜੀ, ਮੇਰੀ ਦੇਸ਼ ਦੀ ਸਭ ਤੋਂ ਸੋਹਣੀ ਟਾਇਲ, ਟਾਇਲ ਹੈ ਜੀ। ਇਹਨੂੰ ਜ਼ਮੀਨ, ਇਹਨੂੰ ਕੰਧਾ ਕੁੰਧਾ ਦੇ ਕਿਤੇ ਵੀ ਲਾ ਦਿਓ, ਐਂ ਲੱਗੂਗਾ ਜਿਵੇਂ ਹੀਰੇ ਲੱਗੇ ਹੈ ਜੀ। ਦੇਸ਼ ਦੀ ਸਭ ਤੋਂ ਸੋਹਣੀ ਟਾਇਲ, ਇੰਨੀ ਸੋਹਣੀ ਟਾਇਲ ਕਿਸੇ ਕੋਲ ਨਹੀਂ ਜੀ। ਉਹ ਤਾਂ ਫਿਰ ਉਹ ਗੱਲ ਹੋ ਗਈ ਕਿ ਕਹਿੰਦੇ ਕਿਸੇ ਦਾ ਘਰ ਨੂੰ ਫਿਰ ਐਨਕਾਂ ਲਾ ਕੇ ਵੇਖਣਾ ਪਿਆ ਕਰਨਾ, ਕੋਈ ਦਿੱਕਤ ਹੀ ਨਹੀਂ ਹੈ ਜੀ ਆਪਣੀ। ਦੇਖੋ ਨਾਲੇ ਫਿਰ ਦੂਜੀ ਗੱਲ, ਆਪਣੀ ਇੱਛਾ ਤੇ ਇਹ ਹੈਗਾ ਜੀ 500 rupees ਦਾ ਫੀਸ, ਆਪਣੀ ਇੱਛਾ ਦੇ ਹਿਸਾਬ ਨਾਲ ਜਿੰਨੇ ਮਰਜ਼ੀ ਪੀਸ ਲੈ ਕੇ ਲਗਾ ਦਿਓ। ਕਿਤੇ ਕੋਈ ਹਾਈਲਾਈਟ ਕਰਨਾ, 6 pieces, 7 pieces, 10 pieces ਲੈ ਕੇ ਲਗਾ ਦਿਓ, ਜਿਵੇਂ ਹੀਰੇ ਚਮਕਦੇ ਐਵੇਂ ਚਮਕੂਗਾ, ਹਾਈਲਾਈਟਰ ਪੀਸ ਹੈ ਨੋਰਮਲ। ਇਸ ਨਾਲ ਦਾ ਅਗਰ ਕਿਸੇ ਕੋਲ ਕੋਈ ਦੂਜਾ ਇਸਦਾ ਮਟੀਰੀਅਲ ਹੁੰਦਾ ਨਾ, ਕੱਪੜਾ ਮਾਰਨ ਨਾਲ ਹੀ ਉਸ ਦੇ ਉੱਪਰ ਸਕਰੈਚਿਸ ਆ ਜਾਂਦੇ ਹੈ ਜੀ। ਮੇਰੇ ਇਹ ਫਲੋਰਿੰਗ, ਇਹ ਵਾਲੇ ਪੀਸ ਨੂੰ ਜਿਹੜੀ ਗਲਾਸ ਟਾਇਲ ਹੈ, ਇਹਨੂੰ ਲੋਕਾਂ ਨੇ ਜ਼ਮੀਨ 'ਤੇ ਲਗਾ ਕੇ ਟੈਸਟ ਕੀਤਾ, ਫਲੋਰ ਦੇ ਵਿੱਚ ਪਾ ਦਿਓ ਜੀ, ਫਰਸ਼ ਦੇ ਵਿੱਚ, ਉੱਪਰ ਬੰਦੇ ਵੀ ਚੱਲਣ ਫਿਰਨ ਤਾਂ ਵੀ ਨਹੀਂ ਕੁਛ ਹੋਣ ਵਾਲਾ, ਕੱਪੜਾ ਮਾਰਨ ਨਾਲ ਤਾਂ ਕੀ ਸਕਰੈਚਿਸ ਆਣਗੇ ਜੀ। ਅੱਛਾ, ਤੁਰਨ ਫਿਰਨ ਨਾਲ ਵੀ, ਫਿਰਨ ਨਾਲ ਵੀ ਸਕਰੈਚ, ਇੱਕ ਥੋੜਾ ਜਿਹਾ ਪੀਸ ਮੈਂ ਇੱਧਰ ਸਾਈਡ ਤੇ ਵੀ ਪਾ ਕੇ ਲਿਖਾ ਰੱਖਿਆ ਜੀ, ਆ ਤੁਸੀਂ ਦੇਖ ਸਕੋਗੇ ਜੀ ਨੀਚੇ। ਆ ਬਿਲਕੁਲ, ਆ ਤੁਸੀਂ ਪੀਸ ਵੀ ਜਿਹੜਾ ਵੇਖ ਸਕਦੇ ਹੋ, ਆ ਇੱਧਰਲੀ ਸਾਈਡ ਬਣਾਇਆ ਆ। ਅੱਛਾ, ਆ ਇੱਧਰ ਲਾਇਆ ਹੋਇਆ ਨੀਚੇ, ਆ ਨੀਚੇ ਕਿਨਾਰੇ ਤੇ ਪਾ ਰੱਖਿਆ, ਬੰਦੇ ਚੱਲਦੇ ਫਿਰਦੇ ਆ ਤਾਂ ਵੀ ਇਹਨੂੰ ਕੁਛ ਨਹੀਂ ਹੁੰਦਾ ਜੀ, ਫਲੋਰ ਦੇ ਵਿੱਚ ਪਾ ਰੱਖਿਆ। ਇਹ ਕੋਈ ਚੱਕਰ ਨਹੀਂ ਹੈਗਾ, ਇਹਦੀ ਜ਼ਿੰਦਗੀ ਫਿਰ ਕਿੰਡੀ ਆ ਜਿੰਨਾ ਤੱਕ ਚੱਲਦਾ। ਕੋਈ ਦਿੱਕਤ ਹੀ ਨਹੀਂ ਹੈ ਜੀ, ਕਿੰਨਾ ਮਰਜ਼ੀ ਪਾਣੀ ਪੂਣੀ ਕੁਛ ਪੈਂਦਾ ਰਹੇ ਜੀ, ਕੋਈ ਸਮੱਸਿਆ ਨਹੀਂ। ਦੇਸ਼ ਦੀ ਸਭ ਤੋਂ ਸੋਹਣੀ ਟਾਇਲ ਹੈ। ਵੈਰਾਈਟੀ ਦੀ ਗੱਲ ਕਰੋ, ਇਹ ਚ ਮੇਰੇ ਕੋਲ ਜਹਾਨ ਭਰ ਦੀ ਵੈਰਾਈਟੀ। ਅੱਛਾ, ਵੈਰਾਈਟੀਆਂ ਨੇ, ਆ ਵੈਰਾਈਟੀਆਂ ਸਾਰੀਆਂ, ਇੱਕ ਤੋਂ ਇੱਕ ਸੁੰਦਰ ਟਾਇਲ ਹੈ। ਕਿਸੇ ਨੇ ਗੋਲ ਕਰਾ ਦੀ ਲਾਉਣੀ ਆ, ਇਹ ਫਿਰ ਜੇ ਕੰਧ ਦੇ ਉੱਤੇ ਲਾਣੀ ਹੋਵੇ, ਕਿਸੇ ਨੇ ਦਰਵਾਜ਼ਿਆਂ ਤੇ ਲਾਣੀ ਹੁੰਦੀ ਹੈ, ਕਹਿੰਦੇ ਜਿੱਥੇ ਮਰਜ਼ੀ ਲਾਓ ਜੀ, ਜਿਵੇਂ ਹੀਰੇ ਚਮਕਦੇ ਆ ਐ ਚਮਕੂਗੀ। ਫਿਰ ਉਸ ਤੋਂ ਅਗਰ ਕਿਸੇ ਮੇਰੇ ਮਿੱਤਰ ਨੇ ਹੋਰ ਸਸਤਾ ਕੰਮ ਕਰਨਾ ਤਾਂ ਆਹ ਦੇਖੋ, ਜਿਵੇਂ 350 rupees ਦੀ ਟਾਇਲ ਹੈ, ਫਿਨਿਸ਼ਿੰਗ ਦੇਖੋ ਜੀ ਟਾਇਲ ਦੀ। ਅੱਛਾ, ਇਹ 350 ਦੀ ਹੈ, 350 rupees ਦੀ ਜੀ।
350 ਰੁਪਏ ਦੀ ਫਿਨਿਸ਼ਿੰਗ ਸ਼ਾਈਨ ਦੇਖੋ ਫਿਰ ਮੇਰਾ ਮਿੱਤਰ ਕੋਈ ਹੋਰ ਕਵੇਗਾ ਮੈਨੂੰ ਹੋਰ ਸਸਤੀ ਕਰਨੀ ਹੈ ਤਾਂ ਫਿਰ ਮੇਰੀ ਆਹ ਗਲਾਸ ਟਾਇਲ ਦੇਖੋ ਜੀ ਕਿੰਨੀ ਇਸ ਦੀ ਵਿੱਚ ਫਿਨਿਸ਼ਿੰਗ ਹੈ ਜੀ ਆਹ ਦੇਖੋ ਉੱਪਰ ਪਿੱਛੋਂ ਪੇਪਰ ਉਤਾਰ ਕੇ ਕੰਨ 'ਤੇ ਲਾ ਦਿਓ ਅਤੇ ਉੱਤੋਂ ਪ੍ਰੋਟੈਕਸ਼ਨ ਫਿਲਮ ਪੱਟ ਦਿਓ ਅਤੇ ਇਹਦਾ ਭਾਰ ਰਹਿ ਗਿਆ ਹੁਣ ਸਿਰਫ 150 ਰੁਪਇਆ ਜੀ ਜਿੰਨੇ ਪੈਸੇ ਲਗਾਉਣਾ ਚਾਹੋ ਓਨੇ ਪੈਸੇ ਲਗਾ ਕੇ ਆਪਣਾ ਘਰ ਸੁੰਦਰ ਬਣਾ ਸਕਦੇ। ਲੈ ਜੀ ਬਹੁਤ ਸੋਹਣਾ ਲੱਗਿਆ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਚੀਜ਼ ਬਹੁਤ ਮੈਂ ਕਹਿੰਦਾ ਯੂਨੀਕ ਹੈ, ਰੱਖਦੇ ਇੱਕ ਤੋਂ ਇੱਕ ਹੈ ਜੀ, ਐਡੀ ਵਰਾਇਟੀ ਹੈ ਕਿ ਜ਼ੁਬਾਨ ਰਾਹੀਂ ਸਾਰਾ ਕੁਝ ਦੱਸ ਪਾਉਣਾ ਵੀ ਸੰਭਵ ਨਹੀਂ। ਫਿਰ ਇਸ ਤੋਂ ਬਾਅਦ ਅਗਰ ਮੇਰਾ ਕੋਈ ਮਿੱਤਰ ਕਹੇਗਾ ਮੈਂ ਇਸ ਤੋਂ ਵੀ ਸਸਤਾ ਕੰਮ ਕਰਨਾ ਚਾਹੁੰਦਾ ਤਾਂ ਫਿਰ ਮੇਰਾ ਆਹ ਦੇਖੋ ਦੇਸ਼ ਦਾ ਸਭ ਤੋਂ ਸੋਹਣਾ ਲੈਦਰ, ਇਹ ਉਸ ਤੋਂ ਵੀ 5 ਗੁਣਾ ਸਸਤਾ ਕਰ ਦੂੰਗਾ ਜੀ ਮੈਂ, 6 ਗੁਣਾ ਸਸਤਾ, 5 ਗੁਣਾ ਸਸਤਾ, ਮਾਤਰ 35 ਰੁਪਈਏ ਸਕੇਅਰ ਫੁੱਟ ਜੀ, 35 ਰੁਪਏ ਸਕੇਅਰ ਫੁੱਟ ਦੇ ਹਿਸਾਬ ਨਾਲ ਸਕੇਅਰ ਫੁੱਟ ਦੇਸ਼ ਦਾ ਸਭ ਤੋਂ ਸੋਹਣਾ ਲੈਦਰ। ਇੰਨਾ ਸੋਹਣਾ ਲੈਦਰ ਕਿਤੇ ਵੀ ਨਹੀਂ ਜੀ, ਇਹਨੂੰ ਕਿਸੇ ਵੀ ਫਰਨੀਚਰ ਤੇ, ਦੀਵਾਰਾਂ ਤੇ, ਸੋਫੇ ਤੇ ਕਿਤੇ ਵੀ ਲਾ ਦਿਓ, ਜਿਵੇਂ ਡਾਇਮੰਡ ਸ਼ਾਈਨ ਕਰਦੇ ਆ ਐ ਸ਼ਾਈਨ ਕਰੇਗਾ, ਇਹਦੀ ਸ਼ਾਈਨਿੰਗ ਖਤਮ ਤਾਂ ਨਹੀਂ ਹੋਊਗੀ, ਇੱਥੇ ਹੀ ਰਹੂਗੀ। ਆਹ ਦੇਖੋ ਜੀ 9 ਸਾਲ ਹੋ ਗਏ ਮੇਰੀ ਸੀਲਿੰਗ ਤੇ ਲੱਗਿਆ ਹੋਇਆ ਜੀ, ਉੱਪਰ ਗਿਆ 9 ਸਾਲ ਹੋ ਚੁੱਕੇ ਇਹਨੂੰ ਲੱਗੇ ਨੂੰ, ਅੱਜ ਵੀ ਇਹ ਮਟੀਰੀਅਲ ਇਹ ਕਲਰ ਆਉਣਾ ਹੀ ਬੰਦ ਹੋ ਚੁੱਕਿਆ ਜੀ, ਇਹ ਕਲਰ ਹੀ ਬੰਦ ਹੋ ਗਿਆ, ਅੱਜ ਲੇਟੈਸਟ ਇਹ 3 ਕਲਰ ਆ ਰਹੇ ਇਸ ਦੇ ਵਿੱਚ, ਆ 9 ਸਾਲ ਪਹਿਲੇ ਦਾ ਪੀਸ ਲੱਗਿਆ, ਅੱਜ ਵੀ ਸ਼ਾਈਨ ਤੇ ਫਿਨਿਸ਼ਿੰਗ ਦੇਖ ਸਕਦੇ ਹੋ ਕੀ ਫਿਨਿਸ਼ਿੰਗ ਹੈ ਜੀ, ਇਹਦਾ ਪੂਰਾ ਬਹੁਤ ਲਿਸ਼ਲੇਸ਼ ਕਰਦਾ ਹੈ, ਇਹ ਚਮਕੂਗਾ ਜਿਵੇਂ ਹੀਰੇ ਹੈ ਜੀ ਹੀਰੇ, ਮੈਂ ਕਹਿੰਦਾ ਕਿਹੜਾ ਵੀ ਬੰਦਾ ਇਹਨੂੰ ਲਵਾਊਗਾ ਤਾਂ ਮਨ ਦੇ ਵਿੱਚ ਇਹ ਫੀਲ ਆਊਗਾ, ਪਰ ਲੈਦਰ ਨੂੰ ਹੀ ਦੇਖੀ ਜਾਈਏ ਜੀ ਇੰਨਾ ਸੋਹਣਾ ਲੈਦਰ ਕਿੱਥੋਂ ਆਇਆ ਜੀ। ਨਹੀਂ ਬਹੁਤ ਸੋਹਣਾ ਲੱਗ ਰਿਹਾ ਬਾਈ ਜੀ, ਜਿਵੇਂ ਤੁਸੀਂ ਦੱਸ ਰਹੇ ਹੋ ਨਾ ਬਹੁਤ ਸੋਹਣਾ ਲੱਗ ਰਿਹਾ, ਕਿਸੇ ਕੋਲ ਵੀ ਇੰਨਾ ਸੋਹਣਾ ਲੈਦਰ ਨਹੀਂ ਹੈ ਜੀ ਆਪਣੇ ਕੋਲ। ਹਰ ਤਰ੍ਹਾਂ ਦਾ ਮਟੀਰੀਅਲ ਜਿੰਨੀ ਜਿਸਦੀ ਪੋਕਟ ਅਲਾਊ ਕਰਦੀ ਹੈ ਉਸੇ ਹਿਸਾਬ ਨਾਲ ਆਪਣੇ ਕੋਲ ਲਵੇ, ਕੋਈ ਦਿੱਕਤ ਬਾਈ। ਹੁਣ ਜਿਵੇਂ ਕੁਛ ਚੀਜ਼ਾਂ ਦਿਖਾ ਤੀਆਂ ਆਪਾਂ, ਅਗਲਾ ਕਹਿੰਦਾ ਤੁਹਾਨੂੰ ਰੇਟ ਦੱਸੇ, ਤੁਹਾਨੂੰ ਜਗ੍ਹਾ ਦੱਸ, ਜਾਣੀ ਰੇਟ ਪੁੱਛੇ ਤੇ ਜਗ੍ਹਾ ਦੱਸੇ ਕਿ ਇੰਨੇ ਬਾਈ ਇੰਨੇ ਦੀ ਕੰਧ ਹੈ ਜੀ, ਤੁਸੀਂ ਇੰਨਾ ਸਮਾਨ ਭੇਜ ਦੋ, ਮੈਂ ਬਹੁਤ ਦੂਰ ਰਹਿਣਾ, ਮੈਂ ਫਲਾਣੇ ਅੰਮ੍ਰਿਤਸਰ ਤੋਂ ਗੱਲ ਕਰ ਰਿਹਾ, ਮੈਂ ਖੰਨੇ ਤੋਂ ਗੱਲ ਕਰ ਰਿਹਾ ਜੀ, ਫਿਰ ਉਹ ਕਿਵੇਂ ਪਹੁੰਚ ਕਰੋਗੇ ਤੁਹਾਡੇ ਤੋਂ? ਮਟੀਰੀਅਲ ਆਲ ਓਵਰ ਦੀ ਵਰਲਡ ਸਾਡੀ ਡਿਲੀਵਰੀ ਹੈ ਜੀ, ਦੇਸ਼ ਦੇ ਕੋਨੇ ਕੋਨੇ 'ਚ ਵੀ ਜਾਂਦਾ ਹੈ ਅਤੇ ਦੂਜੀਆਂ ਕੰਟਰੀਆਂ 'ਚ ਵੀ ਐਕਸਪੋਰਟ ਹੁੰਦਾ ਜੀ ਆਪਣਾ ਮਟੀਰੀਅਲ ਜੀ। ਹਾਂਜੀ, ਜਿਵੇਂ ਹੁਣ ਤੁਸੀਂ ਕਹਿ ਦੇਖ ਪਾ ਰਹੇ ਹੋ ਕਿ ਆਹ ਮੋਲਡਿੰਗਾਂ ਪਈਆਂ ਨੇ ਮੇਰੇ ਮੂਹਰੇ, ਇਹ ਭਾਈ ਲੱਕੜ ਦੀਆਂ ਨੇ, ਕੀ ਕੀ ਹਿਸਾਬ ਹੈ? ਲਾਤਵੀਆ ਦੇਸ਼ ਦੀ ਮੇਰੀ ਮੋਲਡਿੰਗ ਹੈ ਜੀ, ਲੱਗਣ ਤੋਂ ਬਾਅਦ ਇਹਦਾ ਬੜਾ ਲਗਜ਼ਰੀ ਵੀ ਆਊਗਾ, ਜੇ ਕਿਸੇ ਮੇਰੇ ਮਿੱਤਰ ਨੇ ਅਗਰ ਕੋਈ ਵਾਲਪੇਪਰ ਲਗਾ ਕੇ ਉਹਨੂੰ ਅਗਰ ਹੋਰ ਬਹੁਤ ਖੂਬਸੂਰਤ ਬਣਾਉਣਾ ਹੈ, ਜਾਂ ਵਾਲਪੇਪਰ ਲਗਾਏ, ਜਾਂ ਮਾਰਬਲ ਸ਼ੀਟ ਲਗਾਏ, ਜਾਂ 3D ਸੈਲਫ ਅਡੈਸਿਵ ਸ਼ੀਟ ਲਗਾਏ, ਕੁਝ ਵੀ ਲਗਾਇਆ, ਅਗਰ ਉਹਨੂੰ ਲੱਗ ਰਿਹਾ ਮੈਨੂੰ ਘੱਟ ਸੁੰਦਰ ਲੱਗ ਰਿਹਾ, ਉਹਦੇ ਨਾਲ ਸਾਡੀਆਂ ਮੋਲਡਿੰਗਸ ਲਗਾ ਦਿਓ ਜੀ ਲਾਤਵੀਆ ਕੰਟਰੀ ਦੀਆਂ, ਉਹ ਘਰ ਨੂੰ ਇਹ ਬਣਾ ਦੂਗਾ ਜਿਵੇਂ ਰਜਵਾੜਿਆਂ ਦਾ ਘਰ ਬਣਿਆ, ਰਾਜਾਵਾਂ ਦਾ ਘਰ ਬਣਿਆ ਨਾ, ਉਹ ਜੀ ਲੁੱਕ ਦੇ ਦੇਗਾ ਜੀ। ਨਹੀਂ ਇਹਦੇ ਵਿੱਚ ਵਰਾਇਟੀ ਵੀ ਬਹੁਤ ਸੋਹਣੀ, ਇਹੋ ਜਿਹੀ ਮੋਲਡਿੰਗ ਦੂਰੇ ਬਣ ਹੀ ਨਹੀਂ ਸਕਦੀਆਂ ਜੀ, ਜਿਹੋ ਜੀ ਮੈਂ ਤੁਹਾਨੂੰ ਮੋਲਡਿੰਗ ਦਿਖਾ ਰਿਹਾ, ਜਿਵੇਂ ਮੇਰੀ ਆਹ ਮੋਲਡਿੰਗ ਦੇਖੋ, ਹਾਂਜੀ ਇਹ ਮੋਲਡਿੰਗ ਨਾਲ ਆਹ ਮੋਲਡਿੰਗ ਸੇਮ ਮਿਲਾ ਲਓ ਜੀ, ਸੇਮ ਮੋਲਡਿੰਗ ਹੈ ਜੀ ਆਹ ਦੇਖੋ। ਅੱਛਾ ਹਾਂ, ਆਹ ਮੋਲਡਿੰਗ ਸੇਮ ਮੋਲਡਿੰਗ ਹੈ, ਉੱਪਰ ਪ੍ਰਾਈਸ ਪੜੋ 195 USD ਦਾ ਇੱਕ ਪੀਸ, ਯਾਨੀ ਕਿ ਇੰਡੀਆ ਦੇ ਵਿੱਚ ਤਾਂ ਇਹੋ ਜਿਹੀ ਮੋਲਡਿੰਗ ਮਿਲਣ ਦਾ ਮਤਲਬ ਨਹੀਂ, ਆਊਟ ਆਫ ਇੰਡੀਆ 18,000 ਰੁਪਏ ਦੀ ਇੱਕ ਮੋਲਡਿੰਗ ਵਿਕਦੀ ਹੈ ਜੀ, 18,000 ਰੁਪਏ ਦੀ ਇੱਕ ਮੋਲਡਿੰਗ, ਤੇ ਮੇਰੇ ਕੋਲ ਰੇਟ ਹੈਗਾ ਪੂਰੀ ਮੋਲਡਿੰਗ ਦਾ 1,300 ਰੁਪਇਆ,
ਕਿਤੇ ਵੀ ਤੁਸੀਂ ਫਰੇਮ ਬਣਾ ਕੇ ਤਿੰਨ ਪੀਸ ਲਗਾ ਤੇ ਤਾਂ ਕਿ 13 × 3 3900 ਰੁਪਇਆ ਲੱਗਿਆ ਜੀ, ਤੇ ਘਰ ਐਵੇਂ ਬਣ ਜਾਏਗਾ ਜਿਵੇਂ ਕਿ ਰਾਜ ਮਹਿਲ ਹੈ ਜੀ। ਫਿਰ ਇੱਕ ਪੀਸ ਕਿੰਨੇ ਫੁੱਟ ਦਾ ਹੁੰਦਾ ਜਾਂ 8 ਫੁੱਟ ਦਾ ਪੀਸ ਹੈਗਾ ਜੀ 1300 ਰੁਪਏ ਦਾ, ਤੇ ਜਿਤੇ ਮਰਜ਼ੀ ਲਾਓ ਤੁਹਾਨੂੰ ਰਜਵਾੜਿਆਂ ਦੇ ਘਰ ਵਰਗੀ ਫੀਲਿੰਗ ਆਊਗੀ। ਤੇ ਮੈਨੂੰ ਇਹ ਲੱਗਦਾ ਇਹਨੂੰ ਅਗਰ ਆਪਾਂ ਦੀਵਾਰ ਦੂਰਾਂ ਤੇ ਕਿਤੇ ਲਾ ਦੂ ਤਾਂ ਪੂਰੇ ਜੀਵਨ ਭਰ ਚੱਲੂਗਾ ਜੀ। ਕਈ ਵਾਰ ਕੀ ਹੁੰਦਾ ਕਿ ਫੈਮਿਲੀ ਨੂੰ ਆਪਣੀ ਉਹ ਕਹਿੰਦੇ ਹੁੰਦੇ ਕਿ ਯਾਦਗਾਰ ਤਸਵੀਰਾਂ ਜੋੜਨੀਆਂ ਹੁੰਦੀਆਂ ਨੇ, ਮਰਜ਼ੀ ਕਿਵੇਂ ਨਾਲ ਵੀ ਉਹਦੇ ਨਾਲ ਵੀ ਬਹੁਤ। ਮੈਂ ਦੇਖੋ ਤੁਹਾਨੂੰ ਇੱਕ ਐਗਜ਼ਾਮਪਲ ਤੌਰ ਤੇ ਦਿਖਾਣਾ, ਆਹ ਦੇਖੋ ਇਹ ਸਾਡੀਆਂ ਮੋਲਡਿੰਗਸ ਲਗਾ ਕੇ ਇਹੋ ਜਿਹਾ ਲੁੱਕ ਆਊਗਾ ਜੀ ਜਿਵੇਂ ਇਸ ਦੇ ਵਿੱਚ ਦਿਖਾ ਰਹੇ ਆ ਜੀ। ਅੱਛਾ ਜੀ, ਇਦਾਂ ਦਾ ਲੁੱਕ, ਇਦਾਂ ਦਾ ਲੁੱਕ ਆਜੂਗਾ ਜੀ, ਰਾਜ ਮਹਿਲ ਬਣੂਗਾ ਜੀ ਐਵੇਂ। ਕਿਤੇ ਮੇਰੀਆਂ ਮੋਲਡਿੰਗਸ ਲਗਾਤੀਆਂ ਤਾਂ ਉਹ ਤੁਹਾਨੂੰ ਇਹ ਫੀਲ ਆਏਗੀ ਜਿਵੇਂ ਰਜਵਾੜਿਆਂ ਦਾ ਘਰ ਬਣਿਆ। ਇੰਨੀ ਸੋਹਣੀਆਂ ਤੇ ਇੰਨੀ ਸੁੰਦਰ ਮੋਲਡਿੰਗ ਕਿਸੇ ਕੋਲ ਨਹੀਂ। ਸਟਾਰਟਿੰਗ ਪ੍ਰਾਈਸ ਦੀ ਗੱਲ ਕਰੋ ਤਾਂ 10 ਫੁੱਟ ਦੀ ਮੋਲਡਿੰਗ ਮੇਰੇ ਕੋਲ ਜਿਹੜੀ ਹੈਗੀ ਹੈ ਇਸੇ ਤਰ੍ਹਾਂ ਦੀ 150 ਰੁਪਏ ਤੋਂ ਸ਼ੁਰੂ ਹੈ ਜੀ। 150 ਰੁਪਏ ਤੋਂ ਸ਼ੁਰੂ ਹੈ, 150 ਰੁਪਏ ਤੋਂ ਸ਼ੁਰੂ ਹੈ ਤੇ 1400 ਰੁਪਏ ਤੱਕ ਦੀ ਮੋਲਡਿੰਗ ਹੈ। ਹਰ ਪ੍ਰਕਾਰ ਦੀ ਗੋਲਡ ਗੋਲਡ ਵਾਲੀ ਐਂਟੀਕ ਲੁੱਕ ਵਾਲੀ, ਆਹ ਦੇਖੋ ਆਹ ਦੇਖੋ, ਇੱਕ ਤੋਂ ਇੱਕ ਸੁੰਦਰ ਤੋਂ ਸੁੰਦਰ ਮੋਲਡਿੰਗਸ ਮਿਲਣਗੀਆਂ। ਵਰਾਇਟੀ ਇੰਨੀ ਹੈ ਕਿ ਇੱਕ ਵੀਡੀਓ ਦੇ ਵਿੱਚ ਦਿਖਾ ਪਾਉਣਾ ਵੀ ਸੰਭਵ ਨਹੀਂ ਜੀ ਸਾਰਾ ਕੁਝ। ਨਹੀਂ ਬਿਲਕੁਲ, ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਜਹਾਨ ਭਰ ਦੀਆਂ ਮੋਲਡਿੰਗਸ ਹੈ ਜੀ, ਇੱਕ ਤੋਂ ਇੱਕ ਸੁੰਦਰ ਤੋਂ ਸੁੰਦਰ ਮੋਲਡਿੰਗਸ ਐਂਟੀਕ ਲੁੱਕ ਵਾਲੀ ਹੈ ਜੀ। ਕਿੰਨਾ ਸੋਹਣਾ ਡਿਜ਼ਾਈਨ ਆ ਨੀਚੇ ਤੇ ਉੱਪਰ ਵੀ ਬਹੁਤ ਸੋਹਣੀਆਂ ਸੋਹਣੀਆਂ ਮੋਲਡਿੰਗਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ, ਤੁਸੀਂ ਦੇਖ ਵੀ ਸਕਦੇ ਹੋ। ਬਹੁਤ ਸੋਹਣਾ ਲੱਗ ਰਿਹਾ ਬਾਈ, ਫਿਰ ਇਹਦੇ ਨਾਲ ਤਾਂ ਬਹੁਤ ਸੋਹਣਾ ਲੱਗਣ ਲੱਗ ਜਾਊਗਾ। ਜ਼ਬਰਦਸਤ ਜ਼ਬਰਦਸਤ ਲੁੱਕ ਆਏਗਾ ਜੀ, ਜ਼ਬਰਦਸਤ, ਇੱਕ ਤੋਂ ਇੱਕ ਬਹੁਤ ਸੁੰਦਰ ਤੋਂ ਸੁੰਦਰ ਲੁੱਕ ਆਏਗਾ ਜੀ। ਇੱਕ ਮੇਰੇ ਕੋਲ ਇਹਦੇ ਨਾਲ ਦੇ ਕੋਰਨਰ ਵੀ ਆਉਂਦੇ ਆ ਜੀ। ਕੋਰਨਰ, ਹਾਂ ਕੋਰਨਰ ਵੀ ਆਉਂਦੇ ਆ। ਆਮ ਇਹ ਪੇਂਟ ਟੇਬਲ ਮੋਲਡਿੰਗ ਤਾਂ ਤੁਸੀਂ ਬਥੇਰੀਆਂ, ਅੱਜ ਕੱਲ੍ਹ ਇਹਦਾ ਟ੍ਰੈਂਡ ਹੀ ਬਹੁਤ ਜ਼ਿਆਦਾ ਹੈ ਜੀ। ਮੋਲਡਿੰਗਸ ਲੱਗਣ ਤੋਂ ਬਾਅਦ ਇਹ ਤਾਂ ਬੜਾ ਸੋਹਣਾ ਲੁੱਕ ਆਉਂਦਾ, ਪੇਂਟ ਟੇਬਲ ਮੋਲਡਿੰਗ ਤੇ ਅੱਜ ਕੱਲ੍ਹ ਲੱਗ ਰਹੀਆਂ। ਲੇਕਿਨ ਮੈਂ ਇਸਦੇ ਵਿੱਚ ਇੱਕ ਯੂਨੀਕ ਹੋਰ ਦਿਖਾਵਾਂਗਾ, ਉਹਦੇ ਨਾਲ ਮੇਰਾ ਕੋਰਨਰ ਲਗਾ ਦਿਓ ਜੀ। ਅੱਛਾ, ਕੋਰਨਰ ਦੇ ਕੋਰਨਰ ਲਗਾ ਦਿਓ, ਬੜਾ ਸੋਹਣਾ ਉਸਦਾ ਲੁੱਕ ਆਊਗਾ ਜੀ। ਅਰੇ ਵਾਹ, ਅੱਛਾ ਆਹ ਕੋਰਨਰ, ਆਹ ਕੋਰਨਰ ਹੈ, ਇਹਦੇ ਕਿਨਾਰੇ ਦੇ ਉੱਤੇ ਲਗਾ ਦਿਓ, ਤੁਹਾਨੂੰ ਲੁੱਕ ਆਏਗਾ ਬੜਾ ਸੋਹਣਾ ਜੀ। ਕਿਨਾਰੇ ਲਗਾ ਦਿਓ, ਬੜਾ ਲਗਜ਼ਰੀ ਲੁੱਕ ਆਊਗਾ ਜੀ, ਬਹੁਤ ਹੀ ਸੁੰਦਰ ਲੁੱਕ। ਮੈਂ ਕਹਿੰਦਾ ਦੀਵਾਰ ਦੇ ਉੱਤੇ ਲਾ ਦਿਓ ਤਾਂ ਬਹੁਤ ਜ਼ਿਆਦਾ ਸੋਹਣਾ, ਜ਼ਬਰਦਸਤ ਸੁੰਦਰ ਜੀ। ਆਹ ਦੇਖੋ ਲੱਗਿਆ ਪਿਆ ਲੋਕਾਂ ਦੀਆਂ ਦੀਵਾਰਾਂ ਤੇ ਜੀ, ਐਵੇਂ ਲੁੱਕ ਆਉਣ ਵਾਲਾ ਜੀ। ਇਹ ਮੇਰੇ ਕੋਰਨਰਸ ਲਗਾ ਦੋਗੇ ਤਾਂ ਬੜਾ ਲਗਜ਼ਰੀ ਲੁੱਕ ਆਊਗਾ ਜੀ। ਯਾਨੀ ਇਹਨੂੰ ਜਿਸ ਹਿਸਾਬ ਨਾਲ ਆਪਾਂ ਇਹ ਲਗਾਉਂਦੇ ਆ ਤਾਂ ਇਹਨੂੰ ਉਦੋਂ ਜੋੜ ਲਿਆ, ਇੱਦਾਂ ਜੋੜ ਲਿਆ, ਪੂਰਾ ਲਗਜ਼ਰੀ ਵਿਊ, ਨਾ ਕੋਈ ਕਲਮ ਮਿਲਾਉਣ ਦੀ ਲੋੜ, ਨਾ ਕੁਛ ਕਰਨ ਦੀ ਲੋੜ। ਨਾਲੇ ਦੂਜੀ ਗੱਲ, ਇਹ ਵਾਲੇ ਆਮ ਮੋਲਡਿੰਗ ਸਮਝੇ, ਕੋਰਨਰਸ ਕਿਤੇ ਅਵੇਲੇਬਲ ਨੇ, ਕੋਰਨਰਸ ਵੀ ਆਪਣੇ ਕੋਲ ਮਿਲਣਗੇ ਜੀ। ਇਹ ਇਹਨੂੰ ਲਗਾਉਣ ਦੇ ਵਿੱਚ ਕੀ ਕਿਵੇਂ ਆਪਣੀ ਇੱਛਾ ਦੇ ਹਿਸਾਬ ਨਾਲ ਜਿਵੇਂ ਮਰਜ਼ੀ ਲਗਾਓ ਜੀ। ਇੱਕ ਤਾਂ ਮੇਰਾ ਗਲਿਊ ਆਉਂਦਾ ਹੈ, ਮੇਰੇ ਵਾਲਾ ਗਲਿਊ ਲਗਾ ਕੇ ਇਹਨੂੰ ਸ਼ੀਟ ਦੀ ਇਹਨੂੰ ਬੈਕ ਸਾਈਡ ਤੇ ਗਲਿਊ ਲਗਾਓ ਤੇ ਸਿੱਧਾ ਦੀਵਾਰ ਤੇ ਪੇਸਟ ਕਰ ਦਿਓ। ਮੇਰੇ ਵਾਲਾ ਜਿਹੜਾ ਗਲਿਊ ਹੈ ਉਸਦੀ ਇੰਨੀ ਤਾਕਤ ਹੋਊਗੀ, ਜਿਹੜਾ ਸੀ USA ਤੋਂ, ਉਹਦੇ ਉੱਪਰ ਲਿਖਿਆ ਵੀ ਰਹੇਗਾ ਮੇਡ ਇਨ USA, USA ਦਾ ਗਲਿਊ ਹੈ। ਇਹਦੀ ਬੈਕ ਸਾਈਡ ਤੇ ਲਗਾ ਦਿਓ, ਫਿਰ ਚਾਹੇ 4 ਬੰਦੇ ਵੀ ਲਟਕ ਜਾਣ ਨਾ ਜੀ, ਫਿਰ ਵੀ ਇਹ ਮੇਰੀ ਮੋਲਡਿੰਗ ਉਤਰੇਗੀ ਨਹੀਂ ਜੀ। ਬੜਾ, 4 ਬੰਦੇ ਵੀ ਲਟਕ ਜਾਣ ਤਾਂ ਵੀ ਨਹੀਂ ਇਹ ਉਤਰੇਗੀ ਜੀ। ਬੜਾ ਸਟਰੋਂਗ ਗਲਿਊ ਹੁੰਦਾ ਜੀ, ਇੰਨਾ ਸਟਰੋਂਗ ਗਲਿਊ ਕਿਤੇ ਵੀ ਨਹੀਂ ਹੈ ਜੀ। ਯਾਨੀ ਸਿਰਫ ਉਹ ਗਲਿਊ ਲਾ ਕੇ ਇਹਨੂੰ ਲਗਾ ਦੇਣਾ ਦੀਵਾਰ ਦੇ ਉੱਤੇ, ਪੂਰਾ ਸਟਰੋਂਗ ਕੰਮ ਹੋ ਜਾਏਗਾ। ਫਿਰ ਦੀਵਾਰ ਕੀ ਆ, ਉਹ ਪੇਂਟ ਹੋਣੀ ਚਾਹੀਦੀ ਆ ਜਾਂ ਕੋਈ ਕੀ ਸ਼ਰਤ ਆ ਉਹਦੀ? ਕੋਈ ਕਿਵੇਂ ਵੀ ਦੀਵਾਰ ਹੋਵੇ ਜੀ, ਕਿੱਦਾਂ ਦੀ ਵੀ ਦੀਵਾਰ ਹੋਵੇ, ਪਲਸਤਰ ਹੋਵੇ ਜਾਂ ਪੇਂਟ ਕੀਤਾ ਹੋਵੇ ਨਾ ਕੀਤਾ ਹੋਵੇ, ਉਸਦਾ ਕੋਈ ਮਤਲਬ ਨਹੀਂ ਜੀ। ਉਹ ਕੋਈ ਮਤਲਬ ਨਹੀਂ ਜੀ। ਆਹ ਦੇਖੋ, ਜਿਵੇਂ ਇੱਕ ਪੀਸ ਹੈ, ਇਸ ਪੀਸ ਤੇ ਉਹਨੂੰ ਗਲਿਊ ਲਗਾ ਕੇ ਚਿਪਕਾਇਆ ਤਾਂ ਆਹ ਦੇਖੋ, ਹੁਣ 4 ਬੰਦੇ ਲਟਕੇ ਜਾਣ ਤਾਂ ਨਾ ਨਿਕਲੇ ਜੀ, ਉੱਪਰ ਲਟਕ ਲਟਕ ਕੇ ਦਿਖਾ ਰਹੇ ਆ ਜੀ। ਇਹ ਮੇਰੀ ਉਹ ਇੰਨੀ ਸਟਰੋਂਗ ਗਲਿਊ ਹੈ, 4 ਬੰਦੇ ਵੀ ਲਟਕਣ ਤਾਂ ਵੀ ਨਹੀਂ ਨਿਕਲੇ। ਇਹਨਾਂ ਦਾ ਵਜ਼ਨ ਵੀ ਬਹੁਤ ਰੱਖ
ਰੱਖਦਾ ਵਜਨ ਰੱਖਦਾ ਹੁਣ ਲਟਕਣਗੇ ਵੀ ਸਹੀ ਜੀ ਦੇਖੋ ਫਿਰ ਵੀ ਨਹੀਂ ਨਿਕਲੇਗਾ ਜੀ ਇੰਨਾ ਸਟਰੋਂਗ ਗਲਿਊ ਹੈ ਜੀ ਮੇਰੇ ਵਾਲਾ ਇਹ ਬਾਹਰੋਂ ਇੰਪੋਰਟ ਕਰਾਉਂਦੇ ਹਾਂ ਉਰੇ ਕਿਸੇ ਕੋਲ ਇੰਨਾ ਸਟਰੋਂਗ ਗਲਿਊ ਕਿਤੇ ਵੀ ਨਹੀਂ ਜੀ USA ਦਾ ਗਲਿਊ ਇਹ ਬਾਹਰੋਂ ਆਉਂਦਾ ਹੈ ਬਾਹਰੋਂ ਆਉਂਦਾ ਹੈ ਮੈਂ ਤੁਹਾਨੂੰ ਸਾਈਡ ਤੇ ਪਿਕਚਰ ਵੀ ਦਿਖਾ ਦਿੰਦਾ ਸਾਈਡ ਤੇ ਤੁਸੀਂ ਪਿਕਚਰ ਵੀ ਦੇਖ ਸਕੋਗੇ ਇਹਦਾ ਲੱਗਣ ਤੋਂ ਬਾਅਦ ਕੀ ਵਿਊ ਲੁੱਕ ਆਉਂਦਾ ਜੀ ਗਲਿਊ ਇਹ ਜੇ ਇੰਨੀ ਦੂਰੋਂ ਮੰਗਾਈ ਆ ਸੱਤ ਸਮੁੰਦਰੋਂ ਪਾਰ ਫਿਰ ਉਹਨਾਂ ਰੇਟ ਵੀ ਤਾਂ ਨਹੀਂ ਹਾਈ ਰੇਟ ਰੂਟ ਨਹੀਂ ਕੁਛ ਹੁੰਦਾ ਜੀ ਰੇਟ ਤਾਂ ਮੈਂ ਤੁਹਾਨੂੰ ਪਹਿਲੇ ਹੀ ਆਖਿਆ ਮੇਰੇ ਕੋਲ ਪੈਸੇ ਪੂਸੇ ਕੋਈ ਖਾਸ ਲੱਗਦੇ ਨਹੀਂ ਜੀ ਕੁਝ ਵੀ ਚੀਜ਼ ਲਵਾਓ ਤਾਂ ਜੀ ਤੇ ਮਾਤਰ 250 ਰੁਪਏ ਦਾ ਗਲਿਊ ਹੈ ਜੀ ਅਗਰ 250 ਰੁਪਏ ਦਾ 250 ਰੁਪਏ ਦਾ ਕਿੰਨਾ ਹੁੰਦਾ ਹੈ ਉਹ 8x4 ਦੀ ਸ਼ੀਟ ਤੇ ਅਗਰ ਗਲਿਊ ਲਗਾਵਾਂਗੇ ਤਾਂ ਦੋ ਬੋਤਲਾਂ ਗਲਿਊ ਦੀਆਂ ਲੱਗਣਗੀਆਂ ਜੀ ਦੋ ਬੋਤਲਾਂ ਗਲਿਊ ਦੀਆਂ ਲੱਗਣਗੀਆਂ 8x4 ਦੀ ਸ਼ੀਟ ਤੇ ਦੋ ਬੋਤਲਾਂ ਗਲਿਊ ਦੀਆਂ ਲੱਗਣਗੀਆਂ ਇਹੋ ਜਿਹੀਆਂ ਮੋਲਡਿੰਗ ਤੇ ਲਗਾਓਗੇ ਤਾਂ ਘੱਟੋ ਘੱਟ ਮੇਰੇ ਹਿਸਾਬ ਨਾਲ 10 ਤੋਂ ਲੈ ਕੇ 15 ਮੋਲਡਿੰਗਾਂ ਤੋਂ ਕਵਰ ਕਰ ਦੇਵੇ ਇੱਕ ਗਲੂ ਦੀ ਬੋਤਲ ਪੈਸੇ ਹੈਗੇ ਸਿਰਫ 250 ਰੁਪਏ 250 ਰੁਪਏ ਦੇ ਵਿੱਚ 10 ਤੋਂ 15 ਮੋਲਡਿੰਗਸ ਕਵਰ ਕਰ ਦੂ ਕਵਰ ਕਰ ਜੂਗੀ ਹਾਂ ਮੇਰੇ ਵਾਲਾ ਗਲੂ ਜੀ ਤੇ ਨਾ ਉਹ ਉਖੜੇ ਨਾ ਕੋਈ ਮੈਂ ਕਹਿਣਾ ਤੁਹਾਨੂੰ ਵੀਡੀਓ ਦਿਖਾਤਾ ਜੀ ਚਾਰ ਬੰਦੇ ਲਟਕਣ ਤਾਣਾ ਨਿਕਲੂਗਾ ਜੀ ਪੱਥਰ ਹੈ ਜਮਾ ਜੀ ਆ ਮੈਂ ਇੱਕ ਹੋਰ ਵਾਲ ਪੇਪਰ ਦੇਖ ਪਾ ਰਿਹਾ ਇੱਧਰ ਆਹ ਦੇਖੋ ਮੈਂ ਤੁਹਾਨੂੰ ਅੱਗੇ ਹੋਰ ਦਿਖਾ ਵਰਾਇਟੀ ਵਰਾਇਟੀ ਹੈ ਜੀ ਹੁਣ ਜਿਵੇਂ ਤੁਸੀਂ ਮੋਲਡਿੰਗ ਦੀ ਉਹ ਗੱਲ ਕੀਤੀ ਆਪਾਂ ਕਰਕੇ ਵੀ ਵੇਖਣਾ ਕਿ ਆਹ ਮੋਲਡਿੰਗ ਜੇ ਆ ਗੋਲਡ ਦੇ ਨਾਲ ਜੁੜ ਜਾਵੇ ਮੈਂ ਕਹਿੰਦਾ ਬਹੁਤ ਜ਼ਬਰਦਸਤ ਲੁੱਕ ਆਊਗਾ ਜੀ ਬਹੁਤ ਜ਼ਬਰਦਸਤ ਫਿਰ ਆਹ ਦੇਖੋ ਮੇਰੀ ਇੱਕ ਆਹ ਹੈਗੀ ਹੈ 3D ਸੈਲਫ ਅਡੈਸਿਵ ਸ਼ੀਟ ਜੀ ਇਹਦੇ ਪਿੱਛੋਂ ਜਸਟ ਐਵੇਂ ਪੇਪਰ ਰਿਲੀਜ਼ ਕਰਨਾ ਤੇ ਦੀਵਾਰ ਤੇ ਪੇਸਟ ਕਰ ਦਿਓ ਤੁਹਾਡੀਆਂ 3D ਦੀਵਾਰਾਂ ਬਣ ਜਾਣਗੀਆਂ ਬੜੀਆਂ ਲਗਜ਼ਰੀ ਤੇ ਵਰਾਇਟੀ ਦੀ ਗੱਲ ਕਰੋਗੇ ਤਾਂ ਮੇਰੇ ਕੋਲ ਦੇਸ਼ ਦੀ ਸਭ ਤੋਂ ਵੱਡੀ ਵਰਾਇਟੀ ਹੈ ਜਿੰਨੇ ਮਰਜ਼ੀ ਡਿਜ਼ਾਈਨ ਦੇਖੀ ਜਾਓ ਹਰ ਪ੍ਰਕਾਰ ਦਾ ਮਟੀਰੀਅਲ ਹੈਗਾ ਜੀ ਆਹ ਤਾਂ ਆਹ ਵੀ ਦੇਖੋ ਕਿੰਨਾ ਸੋਹਣਾ ਲੱਗਦਾ ਕਿਵੇਂ ਬਾਂਸ ਦੇ ਡੰਡੇ ਲਾਏ ਆ ਕਹਿੰਦੇ ਕੰਧ ਦੇ ਉੱਤੇ ਬਿਲਕੁਲ ਜੀ ਬਹੁਤ ਸੁੰਦਰ ਹੈ ਇਹਦਾ 3D ਵਿਊ ਆਊਗਾ ਜੀ ਇਹਨੂੰ ਫਿਰ ਲਗਾਉਣ ਵਾਸਤੇ ਕੋਈ ਸਲਾਬ ਸਲੂਬ ਦਾ ਚੱਕਰ ਕੋਈ ਦਿੱਕਤ ਨਹੀਂ ਕਿੰਨੀ ਸੀਲਨ ਸੀਪੇਜ ਹੋਵੇ ਕੋਈ ਸਮੱਸਿਆ ਨਹੀਂ ਜੀ ਕਿਉਂਕਿ ਇਹਦੇ ਪਿੱਛੇ ਵੀ ਅਲਮੀਨੀਅਮ ਵਾਲਾ ਹੋਫ ਲੱਗਿਆ ਹੋਇਆ ਪੇਪਰ ਉਤਾਰੋ ਤੇ ਬਸ ਸਿੱਧਾ ਦੀਵਾਰ ਦੇ ਉੱਤੇ ਪੇਸਟ ਕਰ ਦਿਓ ਅਗਰ ਐਸੀ ਪ੍ਰਾਈਸ ਦੀ ਗੱਲ ਕਰੋ ਤਾਂ ਸਟਾਰਟਿੰਗ ਪ੍ਰਾਈਸ ਮੇਰਾ ਹੈਗਾ 65 ਰੁਪਏ ਦਾ ਪੀਸ ਚਾਰੋ ਕੰਧਾਂ ਕਵਰ ਕਰੋਗੇ ਤਾਂ ਰੁਪਿਆ 4000 ਰੁਪਿਆ ਸਿਰਫ 4000 ਰੁਪਏ ਦੇ ਵਿੱਚ 10x10 ਦਾ ਰੂਮ ਤਿਆਰ ਜੀ ਇੰਨੇ ਤਾਂ ਚੂਨਾ ਨਹੀਂ ਹੁੰਦਾ ਜੀ ਚੂਨਾ ਵੀ ਨਹੀਂ ਹੋਏਗਾ ਇਸ ਭਾਅ ਦੇ ਵਿੱਚ ਜਿਹੜਾ 10x10 ਦਾ ਰੂਮ ਤਿਆਰ ਹੋ ਜਾਏਗਾ ਮੇਰਾ ਆਹ ਵਾਲਾ ਲਗਾਉਣ ਤੋਂ ਬਾਅਦ 4000 ਰੁਪਏ 10x10 ਦੇ ਰੂਮ ਦੀਆਂ ਚਾਰੋ ਕੰਧਾਂ ਕਵਰ ਵਰਾਇਟੀ ਦੀ ਆਹ ਗਲੂ ਦੀ ਤੁਸੀਂ ਗੱਲ ਕਰਦੇ ਸੀ ਆਹ ਗਲੂ ਹੈ ਜੀ ਮੇਰਾ ਜਿਹੜਾ ਮੈਂ ਤੁਹਾਨੂੰ ਪਹਿਲੇ ਹੀ ਦੱਸ ਰਿਹਾ ਸੀ ਆਹ ਦੇਖੋ USA ਦਾ ਗਲੂ ਲਿਖਿਆ ਪਿਆ ਜੀ ਹਾਂ USA ਦਾ ਗਲੂ ਹੈ ਇਹ ਵਾਲਾ ਗਲੂ ਜਦੋਂ ਲਗਾਤਾ ਤਾਂ ਚਾਰ ਬੰਦੇ ਲਟਕਣਗੇ ਤਾਂ ਵੀ ਨਹੀਂ ਜਾਏਗਾ ਜੀ ਕਈ ਵਾਰ ਆਦਤ ਹੁੰਦੀ ਹੈ ਜਿਹਨਾਂ ਨੂੰ ਕਹਿੰਦੇ ਕਿ ਯਾਰ ਪਹਾੜਾਂ 'ਚ ਤਾਂ ਬਹੁਤ ਘੱਟ ਜਾ ਹੁੰਦਾ ਹੈ ਕਿ ਮੈਂ ਕੰਧਾਂ ਦੇ ਉੱਤੇ ਹੀ ਪਹਾੜ ਲਾਦਾ ਅਗਲਾ ਫਿਰ ਉਹ ਪੱਥਰ ਪੁੱਥਰ ਦਾ ਕਿੱਥੇ ਢੋਦਾ ਫਿਰਦਾ ਆਹ ਦੇਖੋ ਆਹ ਮੇਰਾ ਪ੍ਰੋਡਕਟ ਹੈ ਜੀ ਆਹ ਮੇਰਾ ਜ਼ਬਰਦਸਤ ਪ੍ਰੋਡਕਟ ਹੈ ਜੇ ਇਹਨੂੰ ਲਗਾਓਗੇ ਨਾ ਤੁਹਾਨੂੰ ਐਂ ਲੱਗੂਗਾ ਜਿਵੇਂ ਚੱਟਾਨ ਦੀਆਂ ਦੀਵਾਰਾਂ ਬਣੀਆਂ ਜੀ ਅੱਛਾ ਆਹ ਚੀਜ਼ ਨੂੰ ਹੈ ਆਹ ਚੀਜ਼ ਨੂੰ ਇਹਨੂੰ ਕੰਧ ਤੇ ਲਾਓਗੇ ਤੁਹਾਨੂੰ ਚੱਟਾਨ ਦਾ ਵਿਊ ਆਊਗਾ ਜਿਵੇਂ ਚੱਟਾਨ ਦੀਆਂ ਦੀਵਾਰਾਂ ਬਣੀਆਂ ਚੱਟਾਨ ਵਰਗਾ ਇਹਦਾ ਲੁੱਕ ਆਉਣ ਵਾਲਾ ਹੈ ਜੀ ਭਾਰਾ ਵੀ ਹੈਗਾ ਹਾਲੇ ਖਾਸਾ ਇਹ ਇੰਟੀਰੀਅਰ ਐਕਸਟੀਰੀਅਰ ਜਿੱਥੇ ਮਰਜ਼ੀ ਲਾਓ ਜੀ ਜ਼ਬਰਦਸਤ ਵਿਊ ਆਊਗਾ ਜੀ ਇਸਦਾ ਇਹ ਕਿਹੜੀ ਚੀਜ਼ ਦਾ ਬਣਿਆ ਹੋਇਆ ਜੀ ਆਪਾਂ ਫੋਰਨ ਦੇ ਕੈਮੀਕਲਸ ਦਾ ਹੀ ਮਟੀਰੀਅਲ ਹੈ ਜੀ ਉੱਧਰ ਦੇ ਕੈਮੀਕਲ ਦਾ ਮਟੀਰੀਅਲ ਹੈ ਇਹਨੂੰ ਦੀਵਾਰਾਂ ਤੇ ਲਗਾ ਦਿਓ ਇੰਟੀਰੀਅਰ ਐਕਸਟੀਰੀਅਰ ਤੁਹਾਨੂੰ ਚੱਟਾਨ ਦੀਆਂ ਦੀਵਾਰਾਂ ਲੱਗੀਆਂ ਜਿਵੇਂ ਮੈਂ ਆਹ ਦੇਖੋ ਤੁਹਾਨੂੰ ਫੋਟੋ ਦਿਖਾ ਰਿਹਾ ਇਸਦਾ ਲੱਗਣ ਤੋਂ ਬਾਅਦ ਕੀ ਵਿਊ ਆਊਗਾ ਇਦਾਂ ਦੀ ਲੱਗਣ ਲੱਗਦੀ ਲੱਗੂਗਾ ਜਿਵੇਂ ਚੱਟਾਨ ਦੀ ਦੀਵਾਰਾਂ ਬਣੀਆਂ ਜੀ ਜਾਨੀ ਇਹ ਦੋ ਤਰ੍ਹਾਂ ਦੀ ਲੱਗਿਆ ਦੋ ਤਰ੍ਹਾਂ ਦੇ ਡਿਜ਼ਾਈਨ ਹੈਗੇ ਨੇ ਇਹਦੇ ਵਿੱਚ ਆਹ ਵਾਲਾ ਡਿਜ਼ਾਈਨ ਹੋ ਗਿਆ ਤੇ ਆਹ ਰੰਗ ਇਹ ਰੰਗ ਅਲੱਗ ਅਲੱਗ ਨੇ ਬਈ ਜਿਹੋ ਜਿਹਾ ਆਪਣੀ ਰੂਮ ਫਰਨੀਚਰ ਇੰਟੀਰੀਅਰ ਦੇ ਥੀਮ ਦੇ ਹਿਸਾਬ ਨਾਲ ਤੁਸੀਂ ਜਿਹੋ ਜਿਹਾ ਮਰਜ਼ੀ ਇਹਨੂੰ ਲਗਾ ਸਕਦੇ ਹੋ ਜਿਹੜੇ ਤੁਹਾਡੀ ਚੁਆਇਸ ਹੋਵੇ ਜਿਹੜੀ ਤੁਹਾਡੀ ਚੋਇਸ ਹੋਵੇ ਹੁਣ ਚੋਇਸ ਦੇ ਵਿੱਚ ਫਿਰ ਜਿਹੜਾ ਰੇਟ ਹੋਵੇ ਉਹ ਕਿਹੋ ਜਿਹਾ ਹੋਊ ਰੇਟ ਬਿਲਕੁਲ ਜਾਇਜ਼ ਹੋਊਗਾ ਜੀ ਆਪਣੇ ਕੋਲ ਪ੍ਰਾਈਸ ਆਪਣਾ ਹੋਊਗਾ ਸਿਰਫ ਮਾਤਰ ਉਹਨਾਂ ਦੀ ਥਿਕਨੈਸ ਹੈ ਜੀ ਮੇਨ ਹੈਗੀ ਹੈ ਦੀ ਥਿਕਨੈਸ 60 ਹੈ
60 mm ਦੀ ਥਿਕਨੈਸ ਹੈ ਤੇ ਪ੍ਰਾਈਸ ਹੈਗਾ ਸਿਰਫ ਇਹਦਾ 1500 ਰੁਪਏ ਦਾ ਪੀਸ। ਇਹ 1500 ਰੁਪਏ ਦਾ 1500 ਰੁਪਏ ਦਾ ਪੀਸ ਹੈ 60 mm ਥਿਕਨੈਸ ਦਾ। ਇਹਦੇ ਨਾਲ ਤਾਂ ਮੇਰੀ 53 ਰੁਪਏ ਸਕੁਅਰ ਫੁੱਟ ਵਾਲੀ ਸ਼ੀਟ ਲਗਾ ਸਕਦੇ ਹੋ, ਕਿਤੇ ਹਾਈਲਾਈਟ ਕਰਨਾ ਜਿਵੇਂ 10 ਪੀਸ, 15 ਪੀਸ, 5 ਪੀਸ, ਜਿੰਨੀ ਜਿੰਦੀ ਪੋਕਟ ਅਲਾਊ ਕਰਦੇ ਆ ਓਨੇ ਪੀਸ ਲਗਾ ਸਕਦੇ ਹੋ। ਆਹ ਦੇਖੋ ਐਕਸਟੀਰੀਅਰ ਦੇ ਵਿੱਚ ਲੱਗਿਆ ਵੀ ਪਿਆ, ਆਹ ਲੱਗਿਆ ਹੋਇਆ, ਆਹ ਲੱਗਿਆ ਹੋਇਆ ਐਕਸਟੀਰੀਅਰ ਦੇ ਵਿੱਚ। ਲੱਗਣ ਤੋਂ ਬਾਅਦ ਇਹਦਾ ਆਹ ਲੁੱਕ ਆਉਂਦਾ ਜੀ। ਇਹ ਬਾਈ ਕਿੰਨੇ ਬਾਈ ਕਿੰਨੇ ਦਾ ਹੋਇਆ ਇਹ? 4 ਫੁੱਟ ਬਾਈ 2 ਫੁੱਟ ਦਾ ਪੀਸ ਹੈਗਾ ਜੀ ਇਹ। 4 ਬਾਈ 2 ਦਾ, 4 ਬਾਈ 2 ਦਾ ਪੀਸ ਹੈ ਜੀ। 1500 ਰੁਪਏ ਦਾ ਇੱਕ ਹੈ, ਮਾਤਰ 1500 ਰੁਪਏ ਦਾ। ਆਪਣੀ ਪੋਕਟ ਜਿੰਨੀ ਅਲਾਊ ਕਰਦੀ ਹੈ ਉਸ ਹਿਸਾਬ ਨਾਲ ਤੁਸੀਂ ਇਹ ਲਗਾ ਸਕਦੇ, ਇਹ ਲਗਾ ਸਕਦੇ ਹੋ, ਜਿਹਦੇ ਵੀ ਲਗਾ ਸਕਦੇ ਹੋ ਜੀ, ਚਾਹੇ ਨੀਚੇ ਚੁਕਾ ਕੇ ਇਧਰ ਕੋਫ ਲਾਈਟ ਲਾ ਤੀ, ਲੈਟ ਚੱਲਣ ਲਾ ਮਰਜ਼ੀ ਲਾਓ ਜੀ। ਆਹ ਲਾ ਰੱਖਿਆ ਲੋਕਾਂ ਨੇ, ਆਹ ਦੇਖੋ ਸਾਡੇ ਤੋਂ ਲੈ ਗਿਆ ਕੋਫ ਲਾਈਟ ਲਾ ਰੱਖਿਆ। ਅੱਛਾ, ਜਿਵੇਂ ਆਹ ਲਾਈ ਹੋਈ ਹੈ, ਥੋੜੇ ਪੀਸ ਲਗਾ ਤੇ ਇਹਨਾਂ ਨੇ ਜੀ, ਦੇਖੋ ਕਿਹੋ ਜਿਹਾ ਲੁੱਕ ਆਉਂਦਾ ਜੀ ਇਸਦਾ। ਆਹ ਕੋਫ ਲਾਈਟ ਉੱਪਰ ਲਗਾ ਤੀ, ਥੋੜੇ ਥੋੜੇ ਪੀਸ ਲਗਾ ਤੇ, ਆਪਣੀ ਇੱਛਾ ਹਿਸਾਬ ਨਾਲ ਜਿਵੇਂ ਤੁਹਾਨੂੰ ਸੂਟੇਬਲ ਲੱਗਦਾ ਉਵੇਂ ਲਗਾਓ ਜੀ। ਉਦਾਂ ਲਗਾਓ, ਕੋਈ ਐ ਨਹੀਂ ਹੈਗੀ ਕਿ ਕੋਈ ਬੋਰਡ ਐਸੇ ਬੰਦਿਸ਼ ਨਹੀਂ ਹੈ ਵੀ ਆਪਾਂ ਇੰਨੇ ਲਗਾਣੇ ਆ, ਜਿੰਨੇ ਮਰਜ਼ੀ ਇਹਨੂੰ ਲੈ ਕੇ। ਕਈ ਵਾਰ ਵਿਗਾੜ ਕੀ ਹੁੰਦਾ ਕਿ ਜਿਵੇਂ ਆਪਾਂ ਕਹਿਆ ਕਿ ਗੂੰਦ USA ਤੋਂ ਆਈ ਆ, ਆਹ ਸਵਿਟਜ਼ਰਲੈਂਡ ਤੋਂ ਆਇਆ, ਉਹ ਇਟਲੀ ਤੋਂ ਆਇਆ, ਅਲਾ ਸੁਣ ਕੇ ਡਰ ਜਾਂਦਾ ਕਿ ਭਾਈ ਰੇਟ ਵੀ ਵਾਹਵਾ ਹੀ ਹੋਊ। ਨਹੀਂ ਨਹੀਂ, ਪਰ ਰੇਟ ਤੁਸੀਂ ਬਹੁਤ ਜਾਇਜ਼ ਰੱਖਿਆ, ਰੇਟ ਆਪਣੇ ਬਿਲਕੁਲ ਜਾਇਜ਼ ਤੋਂ ਜਾਇਜ਼ ਹੋਣਗੇ। ਸਾਡੇ ਕੋਲ ਦੇਖੋ ਮਟੀਰੀਅਲ ਦੇ ਵਿੱਚ ਦਮ ਹੈ, ਤਾਂ ਹੀ ਦੇਸ਼ ਦੇ ਕੋਨੇ ਕੋਨੇ 'ਚ ਜਾਂਦਾ। ਦੇਸ਼ ਤਾਂ ਛੋੜੋ ਜੀ, ਅਗਰ ਮੇਰਾ ਕੋਈ ਮਿੱਤਰ ਕਿਤੋਂ ਵੀ ਆ ਮੇਰਾ ਵੀਡੀਓ ਦੇਖ ਰਿਹਾ ਹੋਵੇ, ਕਿਤੇ ਵੀ ਆਖੇ, ਪੂਰੀ ਧਰਤੀ ਦੇ ਕਿਸੇ ਵੀ ਕੋਨੇ ਤੇ ਆਖੇ ਮੈਨੂੰ ਮਟੀਰੀਅਲ ਚਾਹੀਦਾ, ਤੇ ਮੈਂ ਉਸ ਨੂੰ ਉਸ ਕੰਟਰੀ ਉੱਥੇ ਉਹਨੂੰ ਡੋਰ ਸਟੈਪ ਤੇ ਮਾਲ ਪਹੁੰਚਾ ਕੇ ਦੇਵਾਂਗਾ। ਆਹ ਦੇਖੋ ਜਿਵੇਂ ਮੈਂ ਹੁਣ ਇਹ ਮਟੀਰੀਅਲ USA ਐਕਸਪੋਰਟ ਕੀਤਾ, ਆਹ USA ਦਾ ਬਿੱਲ ਕੱਟਿਆ, USA ਮਾਲ ਐਕਸਪੋਰਟ ਕੀਤਾ ਜੀ। ਆਹ ਇਸ ਦੀ ਡਿਸਪੈਚ ਡਿਟੇਲ ਹੈ ਗੌਰਮੈਂਟ ਦੀ ਜੀ, ਇਹਨੂੰ ਕੋਈ ਨਹੀਂ ਇਹਨੂੰ ਜਨਰੇਟ ਕਰ ਸਕਦਾ, ਸਰਕਾਰੀ ਡਿਟੇਲ ਹੈ ਜਿੱਥੇ USA ਮਾਲ ਅਮਰੀਕਾ ਭੇਜਿਆ, ਅਮਰੀਕਾ ਭੇਜਿਆ ਜੀ ਮਾਲ। ਜੇ ਮੇਰੇ ਮਟੀਰੀਅਲ ਦੇ ਵਿੱਚ ਦਮ ਹੈ ਤਾਂ ਲੋਕੀ ਦਿੱਲੀ, ਬੰਬੇ ਛੋੜੋ, ਚਾਈਨਾ ਛੱਡ ਕੇ ਵੀ ਆਪਣੇ ਤੋਂ ਮਾਲ ਲੈ ਰਹੇ ਆ ਜੀ। ਕੁਆਲਿਟੀ, ਰੇਟ, ਮਟੀਰੀਅਲ 'ਚ ਉਹਨਾਂ ਨੂੰ ਫਾਇਦਾ ਲੱਗ ਰਿਹਾ ਤੇ ਉਸ ਦੇ ਉੱਪਰ 20-25 ਹਜ਼ਾਰ ਰੁਪਇਆ, 30-30 ਹਜ਼ਾਰ ਰੁਪਏ ਕਿਰਾਇਆ ਵੀ ਭਰ ਰਹੇ ਆ ਜੀ। ਅਗਰ ਮਟੀਰੀਅਲ ਤਾਂ ਵੀ ਉਹਨਾਂ ਨੂੰ ਸਸਤਾ ਮਹਿਸੂਸ ਹੁੰਦਾ ਜੀ, ਆਪਣਾ ਸਸਤਾ ਤੇ ਕੁਆਲਿਟੀ ਤੇ ਮਟੀਰੀਅਲ ਸਭ ਕੁਝ ਬਿਹਤਰ ਸਮਝ ਆਉਂਦਾ, ਤਾਂ ਐਕਸਪੋਰਟ ਲੋਕੀ ਮਟੀਰੀਅਲ ਦੂਜੇ ਕੰਟਰੀਆਂ ਤੋਂ ਵੀ ਮੰਗਾਉਂਦੇ ਆ ਆਪਣੇ ਕੋਲ ਜੀ। ਬਿਲਕੁਲ ਸਰ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ, ਬਹੁਤ ਚੰਗਾ ਲੱਗਿਆ ਤੁਹਾਡਾ ਗੱਲਾਂ ਬਾਤਾਂ ਕਰਕੇ ਵੀ। ਸੇਮ ਆਈ ਫੀਲ ਜੀ, ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਹਾਨੂੰ ਵੀ ਜਿਹੜੀ ਆ ਉਹ ਗੱਲਬਾਤ ਉਹ ਚੰਗੀ ਲੱਗੀ ਹੋਊਗੀ। ਇਸ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ, ਉਹਨਾਂ ਨਾਲ ਜ਼ਰੂਰ ਸ਼ੇਅਰ ਕਰੋ ਜਿਹੜੇ ਨਵਾਂ ਨਵਾਂ ਘਰ ਬਣਾ ਰਹੇ ਨੇ ਜਾਂ ਬਣਾਉਣ ਦਾ ਸੋਚ ਰਹੇ ਨੇ ਜਾਂ ਬਣਾਉਣ ਜਾ ਰਹੇ ਨੇ ਜਾਂ ਬਣ ਰਿਹਾ ਆ, ਉਹ ਸਾਰੀ ਗੱਲਬਾਤ ਆਪਾਂ ਤੁਹਾਨੂੰ ਦਿਖਾਵਾਂਗੇ। ਇੱਕ ਹੋਰ ਨਵੀਂ ਚੀਜ਼ ਆ ਗਈ ਬਾਈ ਜੀ, ਇਹ ਕੀ ਚੀਜ਼ ਹੋਈ? ਇਹ ਦੇਖੋ ਜਿਵੇਂ ਮੈਂ ਤੁਹਾਨੂੰ UV ਮਾਰਬਲ ਸ਼ੀਟ ਦਿਖਾਈ ਸੀਗੀ ਜੀ, ਆਹ ਇੱਕ ਪੀਸ ਇੱਧਰ ਮੈਨੂੰ ਫੜਾਈ ਹੋ ਜੀ ਹੱਥ 'ਚ, ਜਿਵੇਂ ਆਹ UV ਮਾਰਬਲ ਸ਼ੀਟ ਮੈਂ ਤੁਹਾਨੂੰ ਦਿਖਾਈ ਸੀ। ਮੇਰੇ ਕਿਸੇ ਮਿੱਤਰ ਨੇ ਅਗਰ ਕਹੂਗਾ ਵੀ ਮੈਂ ਹੋਰ ਸਸਤਾ ਕੰਮ ਕਰਨਾ ਜੀ, ਮੈਂ 53 ਰੁਪਏ ਸਕੁਅਰ ਫੁੱਟ ਦੇ ਪੈਸੇ ਵੀ ਨਹੀਂ ਲਾਣੇ, ਤਾਂ ਫਿਰ ਮੇਰੀ ਆਹ UV ਸ਼ੀਟ ਹੈ, ਇਹਦੇ ਪਿੱਛੋਂ ਜਸਟ ਐਵੇਂ ਪੇਪਰ ਰਿਲੀਜ਼ ਕਰਨਾ। ਆਹ ਦੇਖੋ ਇੱਕ ਆਹ ਮੈਂ ਸੈਂਪਲ ਦੇ ਪੀਸ ਤੋਂ ਤੁਹਾਨੂੰ ਦਿਖਾ ਦੇਣਾ, ਆਹ ਦੇਖੋ ਜਸਟ ਐਵੇਂ ਪਿੱਛੋਂ ਪੇਪਰ ਰਿਲੀਜ਼ ਕਰਨਾ ਤੇ ਦੀਵਾਰ ਤੇ ਪੇਸਟ ਕਰ ਦੇਣਾ। ਚਲ ਇਹਦੇ ਪਿੱਛੇ ਵੀ ਅਲਮੀਨੀਅਮ ਦਾ ਫਾਇਲ ਹੈ ਤਾਂ ਉਹਦੇ ਕੋਈ ਜੀਲਨ ਦੀ ਕੋਈ ਦਿੱਕਤ, ਬਸ ਉਹ ਜਿਵੇਂ ਮੈਂ ਤੁਹਾਨੂੰ ਦੱਸੀ ਸੀ 53 ਰੁਪਏ ਸਕੁਅਰ ਫੁੱਟ ਤੇ 53 ਰੁਪਏ ਸਕੁਅਰ ਫੁੱਟ ਦੱਸਿਆ ਸੀਗਾ, ਤੇ ਇਹ ਮਾਤਰ ਪਊਗਾ 650 ਰੁਪਏ ਦਾ ਪੀਸ ਜੀ। 650 ਰੁਪਏ ਦਾ ਪੀਸ ਹੈ ਤੇ ਮਾਤਰ ਹੈਗਾ ਜੀ ਇਹ 650 ਰੁਪਏ ਦਾ ਪੀਸ ਹੈ ਇੱਕ ਸ਼ੀਟ ਨੂੰ ਲਗਾਉਣ ਤੇ 2 ਗਲਿਊ ਦੀਆਂ ਬੋਤਲਾਂ ਲੱਗਦੀਆਂ ਜੀ 500 ਰੁਪਏ ਦਾ ਗਲਿਊ ਇਹਦਾ ਪੇਪਰ ਉਤਾਰ ਕੇ ਪੇਸਟ ਕਰਤਾ ਗਲਿਊ ਦੇ ਪੈਸੇ ਵੀ ਬਚ ਗਏ ਜੀ 500 ਰੁਪਏ ਦਾ ਗਲਿਊ ਬਚ ਗਿ
ਤਿਆਰ ਅਤੇ ਕੋਈ 100-200 ਰੁਪਏ 50 ਰੁਪਏ ਜਾਂ 100 ਰੁਪਇਆ ਕਿਸੇ ਇੰਸਟਾਲਰ ਨੂੰ ਦੇ ਦਿਉ, ਇਨਫ ਹੈ ਜੀ ਇਸ ਵਾਸਤੇ। ਯਾਨੀ ਕਿ ਮੋਟਾ ਮੋਟੀ ਸਮਝੋ ਲੇਬਰ ਦੇ ਪੈਸੇ ਵੀ ਬਚ ਗਏ, ਗਲਿਊ ਦੇ ਵੀ ਪੈਸੇ ਬਚ ਗਏ, ਅਤੇ ਇੱਕ ਤਰ੍ਹਾਂ ਦੀ ਇਹ ਪੈ ਗਈ ਫਰੀ।
ਇਹ ਤਾਂ ਐਂ ਲੱਗਦਾ ਜਿਵੇਂ ਟਾਇਲ ਹੁੰਦੀ ਹੈ, ਟਾਇਲ ਹੈ ਜੀ, ਪੱਥਰ ਦਾ ਲੁੱਕ ਦੇਵੇਗਾ ਜੀ ਤੁਹਾਨੂੰ, ਜਿਵੇਂ ਪੱਥਰ ਲਗਾਤੀ ਹੋਵੇ ਜੀ, ਪੱਥਰ ਲਗਾਤੇ ਪਊਗਾ ਰੇਟ ਦੇ ਵਾਈਜ਼, ਬਿਲਕੁਲ ਫ੍ਰੀ ਆਫ ਕੋਸਟ ਵਰਗਾ ਜੀ, ਪਾਣੀ ਪਈ ਜਾਵੇ, ਪਾਣੀ ਪੂਰੀ ਪਾਣੀ ਦੀ ਪਾਈਪ ਨਾਲ ਧੋ ਲਓ ਜੀ, ਤਾਂ ਵੀ ਕੋਈ ਦਿੱਕਤ ਨਹੀਂ ਜੀ, ਕੋਈ ਪ੍ਰਵਾਹ ਨਹੀਂ, ਕੋਈ ਦਿੱਕਤ ਨਹੀਂ, ਅਰੇ ਵਾਹ ਜੀ ਵਾਹ, ਬਹੁਤ ਸੋਹਣੀ ਚੀਜ਼ ਹੈ, ਜਬਰਦਸਤ ਹੈ, ਮੇਨ ਗੱਲ ਹੈ ਪ੍ਰਾਈਸ ਹੈਗਾ ਫ੍ਰੀ ਆਫ ਕੋਸਟ ਜੀ, 650 ਰੁਪਏ ਦੀ ਇੱਕ ਸ਼ੀਟ, 650 ਰੁਪਏ ਦੀ ਸ਼ੀਟ ਜੀ, ਨਾ ਕੋਈ ਗਲੂ ਲੱਗਿਆ ਨਾ ਕੋਈ ਲੇਬਰ ਲੱਗੀ, ਪੇਪਰ ਉਤਾਰਨਾ ਤੇ ਕੰਧ ਤੇ ਲਗਾ ਦਿਓ ਜੀ, ਆਪ ਇਹ ਦੋ ਭਰਾਵਾਂ ਨੇ ਮਿਲ ਕੇ ਜਾਂ ਦੋ ਘਰ ਦੀਆਂ ਭੈਣਾਂ ਨੇ ਮਿਲ ਕੇ ਲਾਤਾ ਕਿ ਚਲੋ ਗੱਲ ਬਣ ਗਈ, ਬੜਾ ਲਗਜ਼ਰੀ ਲੁੱਕ ਆਊਗਾ ਜੀ ਅਸਰ, ਬਿਲਕੁਲ। ਅੱਜ ਤੁਹਾਡੇ ਵਾਸਤੇ ਅਸੀਂ ਜਾਣਕਾਰੀ ਲੈ ਕੇ ਹਾਜ਼ਰ ਹੋਏ ਸੀ ਕਿ ਤੁਹਾਨੂੰ ਘਰ ਬਣਾ ਰਹੇ ਹੋ, ਘਰ ਬਣਾਉਣਾ ਚਾਹੁੰਦੇ ਹੋ ਕਿ ਸਾਨੂੰ ਸਹੀ ਦਾਮ ਦੇ ਉੱਤੇ ਚੀਜ਼ਾਂ ਹਾਸਲ ਹੋ ਜਾਣ, ਸੋਹਣਾ ਸੋਹਣਾ ਘਰ ਬਣਾ ਲਈਏ ਸਹੀ ਰੇਟ 'ਤੇ। ਇਸ ਵਕਤ ਮੈਂ ਬਠਿੰਡੇ ਸ਼ਹਿਰ ਦੇ ਵਿੱਚ ਹਾਂ, ਮੋਬਾਈਲ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ, ਬੇਝਿਜਕ ਤੁਸੀਂ ਕਾਲ ਕਰ ਸਕਦੇ ਹੋ, ਉਰੇ ਆ ਕੇ ਆਪਣਾ ਸਮਾਨ ਨੂੰ ਖੁਦ ਪਸੰਦ ਕਰਕੇ ਉਹ ਤੁਸੀਂ ਉਰੇ ਪਹੁੰਚ ਵੀ ਕਰ ਸਕਦੇ ਹੋ। ਜੇ ਤੁਸੀਂ ਨਹੀਂ ਪਹੁੰਚ ਕਰਨਾ ਚਾਹੁੰਦੇ ਤਾਂ ਤੁਸੀਂ ਫੋਨ ਕਰਕੇ ਆਪਣੇ ਸਾਰੀ ਜਾਣਕਾਰੀ ਦੇ ਕੇ ਵਟਸਐਪ ਦੇ ਉੱਤੇ ਗੱਲਬਾਤ ਕਰਕੇ ਮਟੀਰੀਅਲ ਨੂੰ ਆਪਣੇ ਘਰ ਵੀ ਮੰਗਾ ਸਕਦੇ ਹੋ, ਕਿਉਂਕਿ ਕੋਰੀਅਰ ਦੀ ਸੁਵਿਧਾ ਵੀ ਹੈਗੀ, ਚਾਹੇ ਦੇਸ਼ ਦੇ ਜਾਂ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਦੇ ਵਿੱਚੋਂ ਤੁਸੀਂ ਇਹ ਵੀਡੀਓ ਵੇਖ ਰਹੇ ਹੋ। ਬਾਈ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ, ਅਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ। ਤਦ ਤੱਕ ਲਈ ਮੈਨੂੰ ਜਾਣੀ ਹਰਵਿੰਦਰ ਖੰਨਾ ਨੂੰ ਦੋ ਇਜਾਜ਼ਤ ਦੇ ਦਿਓ, ਰਹਿਮਤ ਜੀ, ਧੰਨਵਾਦ।